ਪੋਲੀਟੀਕਲ ਲੋਕਾਂ ਨੇ ਤੇ ਅਫਸਰਾਂ ਨੇ ਲੁੱਟਣਾ ਸ਼ੁਰੂ ਕੀਤਾ ਪੰਜਾਬ ਨੂੰ ਤੇ ਉਹਨਾਂ ਦੀਆਂ ਜ਼ਮੀਨਾਂ ਜਾਇਦਾ ਅਰਬਾਂ ਖਰਬਾਂ ਦੀਆਂ ਬਣ ਗਈਆਂ ਜਿੰਨੇ ਡੀਜੀਪੀ ਐ ਜਿੰਨੇ ਐਸਐਸਪੀ ਐ ਜਿੰਨੇ ਮੁੱਖ ਮੰਤਰੀ ਐ ਚਾਹੇ ਉਹ ਬਾਦਲ ਐ ਚਾਹੇ ਉਹ ਕੈਪਟਨ ਐ ਇੱਥੇ ਵੈਸੇ ਤਾਂ ਭਾਈ 1 ਇੰਚ ਜ਼ਮੀਨ ਨਹੀਂ ਘੇਰ ਸਕਦਾ ਚੰਡੀਗੜ੍ਹ ਮੋਹੱਲੇ 'ਚ ਪਰ ਜੇ ਤੁਸੀਂ ਨਵੇਂ ਚੰਡੀਗੜ੍ਹ ਜਾ ਕੇ ਦੇਖੋ 10 10 20 20 50 50 100 100 ਕਿੱਲੇ ਵੀ ਬਣਾਏ ਹੋਏ ਆ ਮੰਤਰੀ ਦਾ ਆਪਣਾ ਬਲਬੀਰ ਸਿੱਧੂ ਹੈਲਥ ਮਿਨਿਸਟਰ ਪੰਜਾਬ ਇਹਨੇ ਬਲੌਂਗੀਪਿੰਡੀ ਜ਼ਮੀਨ ਨਾ 33 ਸਾਲਾਂ ਵਾਸਤੇ ਲੀਜ਼ ਤੇ ਲਈ ਤੇ ਮੁੜ ਕੇ ਉਹਦੇ ਕੋਈ ਲੀਜ਼ ਨਹੀਂ ਦੇਣੀ ਬਲੌਂਗੀਪਿੰਡੀ ਪੰਚਾਇਤ ਤੋੜ ਦੇਣੀ ਮਹੌਲੀ ਸ਼ਾਮਲ ਕਰ ਲੈਣਾ 250 ਕਰੋੜ ਦੀ ਜ਼ਮੀਨ ਗਈ ਬਿੱਲੀ ਇਹਦੇ ਲੜਾਈ ਚ ਬਾਂਦਰਾਂ ਦੀ ਸਰਦਾਰੀ ਵੀ ਕਾਂਗਰਸ ਆ ਗਈ ਤੇ ਉਹਨੇ ਅਕਾਲੀ ਅੰਦਰ ਕਰਤੇ ਅਕਾਲੀ ਆਗੇ ਕਾਂਗਰਸ ਅੰਦਰ ਕਰਤੇ ਅੰਦਰ ਉਨੀ ਸਮਝੌਤਾ ਹੈ ਵੀ ਆਪਾਂ ਡਰਾਮਾ ਜਿਹਾ ਕਰਨਾ ਲੋਕਾਂ ਨੂੰ ਬੁੱਧੂ ਬਣਾਉਣਾ ਤੇ ਜੇਲ੍ਹ ਕਿਸੇ ਨੂੰ ਪੱਕਾ ਭੇਜਣਾ ਨਾ ਰਕਵਰੀ ਹੋਣੀ ਜਦੋਂ ਹਲੇ ਇਨਕੁਆਰੀ ਚੱਲਦੀ ᱛੀ ਤਾਂ ਪੀਐਸਆਈ ਸੀ ਨੇ ਚਿੱਠੀ ਭੇਜ ਦਿੱਤੀ ਕਿ ਜਿਹੜਾ ਰਿਕਾਰਡ ਤੁਸੀਂ ਮੰਗਦੇ ਹੋ ਵਿਜੀਲੈਂਸ ਵਾਲਿਓ ਆ ਰਿਕਾਰਡ ਦਾ ਸਿਉਂਖ ਆ ਗਈ ਅਸੀਂ ਰੌਲਾ ਪਾਤਾ ਬਈ ਪਾਏ ਸਿਉਂਖ ਕੋਲ ਇਹ ਜਿਹੜੀ ਚੌਲਾ ਜਿੰਨੀ ਹੁੰਦੀ ਹੈ ਕੁਦਰਤੀ ਸਿਉਂਖ ਆ ਆ ਸਿਉਂਖ ਤਾਂ ਰਾਹੁਲ ਪੁਨਾਰੀ ਆ ਆਈਐਸ ਅਫਸਰ ਇਹ ਦੇਖੋ ਆਈਐਸ ਦੀ ਡਿਗਰੀ ਹੈ ਤੇ ਆ ਤਨਖਾਹ ਹੁੰਦਾ ਲੱਖ ਰੁਪਏ ਇੱਥੇ ਬੈਠਿਆ ਰਾਹੁਲ ਪੁਨਾਰੀ ਆਈਐਸ ਅਫਸਰ ਨੀਲੀਮਾ ਆਈਐਸ ਅਫਸਰ ਤੇ ਰਜਤ ਅਗਰਵਾਲ ਆਈਐਸ ਅਫਸਰ ਨੇ ਇੱਕ 3 ਮੈਂਬਰੀ ਕਮੇਟੀ ਬਣਾਈ ਔਰ ਬਿਜਲੀ ਨੇ ਚਿੱਠੀ ਲਿਖਤੀ ਵੀ ਇਹ ਕਮੇਟੀ ਬਣਾਈ ਹੈ ਸਾਨੂੰ ਕੈਪਟਨ ਮਨਿੰਦਰ ਨੇ ਕਿਹਾ ਚਿੱਠੀ ਲਿਖ ਕੇ ਤੁਸੀਂ ਕਾਬਲ ਨਹੀਂ ਤੁਸੀਂ ਇਨਕੁਆਇਰੀ ਕਰਨ ਨੂੰ ਰਹਿਣ ਤੋਂ ਸੀ ਆਪਣੀ ਇਨਕੁਆਇਰੀ ਆਪੇ ਕਰੋਗੇ ਹੁਣ ਮੈਂ ਕਹਦੇ ਚੋਰ ਤੁਸੀਂ ਠੱਗ ਤੁਸੀਂ ਤੁਸੀਂ ਕਹਿੰਦੇ ਮੈਂ ਆਪਣੀ ਇਨਕੁਆਇਰੀ ਆਪੇ ਕਰੂੰ ਦੀਪਕ ਗਵੰਤ ਮਾਨਾ ਚੋਰ ਰਾਹੁਲ ਬਣਾ ਰਹੀ ਆ ਨੀਲੀਮਾ ਰਜੇ ਦਾ ਅਗਰਵਾਲਾ ਇੱਥੇ ਬੈਠੇ ਤੇ ਦਫਤਰ ਚ ਆ ਪੀਐਸਆਈ ਸੀ ਦਾ ਜਿਹੜਾ ਪੱਤਰਕਾਰ ਪਰਵਾਨੇ ਦਾ ਮੁੰਡਾ ਐਸਪੀ ਸਿੰਘ ਰਿਟਾਇਰਮੈਂਟ ਤੋਂ ਫੇਰ ਠੇਕੇ ਤੇ ਰੱਖਿਆ ਪੁਰਾਣੀ ਸਰਕਾਰ ਨੇ ਤੁਸੀਂ ਇਹਨਾਂ ਤਨਖਾਹ ਦੇ ਚੋਰ ਹੈ ਇਹ ਸਾਰੇ ਮੰਤਰੀਆਂ ਦੇ ਕਰਪਸ਼ਨ ਜਾਣਦੇ ਆ ਆਈਐਸ ਅਫਸਰ ਸਾਰੇ ਪੁਰਾਣੇ ਬੰਦੇ ਜਾਣਦੇ ਆ ਇੰਨਾ ਖਲਾਫ ਖੜੇ ਕਿਹੜਾ ਲੇਬਰ ਕਮਿਸ਼ਨਰ ਨੇ ਆ ਲੇਬਰ ਕਮਿਸ਼ਨ ਜਿਹੜਾ ਆਪਾਂ ਕੋਟਾਂ ਦੇ ਖਲਾਫ ਅੱਜ ਕੱਲ ਸੇਖ ਹੋ ਕਰਕੇ ਬੋਲੇ ਬੜਾ ਲੇਬਰ ਕੋਰਟ ਨੇ ਅਜ ਤੱਕ ਜੇ ਫੈਸਲੇ ਸੁਣਵਾਈ ਨਹੀਂ ਕੀਤੀ ਵਰਕਾਂ ਦੀ ਅਜ ਤੱਕ ਸੁਣਵਾਈ ਨਹੀਂ ਕੀਤੀ ਕਦੇ ਵੀ ਇੱਕ ਮੁੱਖ ਮੰਤਰੀ ਰਿਹਾ ਪੰਜਾਬ ਦਾ ਉਹਦਾ ਇੱਕ ਓਐਸਡੀ ਫਰਾਰ ਹੈ ਉਸ ਐਫਆਈਆਰ ਦੇ ਨਾਮ ਕਹਿੰਦੇ ਉਹ ਤੇ ਬੜੇ ਬੜੇ ਸ਼ਾਪਿੰਗ ਵਾਲਾ ਪਚੋ ਬੰਡੀ ਤੇ ਮੈਜੈਸਟਿਕ ਹੋਟਲ ਪਤਾ ਨਹੀਂ ਹੋਰ ਕਿੱਥੇ ਮੈਨੂੰ ਪਤਾ ਨਹੀਂ ਜਦ ਆਈਐਸ ਅਫਸਰ ਨੀਲੇਮਾ ਦਾ ਨਾਮ ਆ ਗਿਆ ਤਾਂ ਆਈਐਸ ਅਫਸਰਾਂ ਨੂੰ ਬੈਗਿਆਂ ਭਾਜਣਾ ਵੀ ਜੇ ਅੱਜ ਨੀਲਮਾ ਤੇ ਕੱਲ ਨੂੰ ਰਾਹੁਲ ਭੁਨਾਰੀ ਦਾ ਵੀ ਪਰਚਾ ਹੋ ਰਜੇ ਤੇ ਅਗਰਵਾਲ ਤੇ ਵੀ ਪਰਚਾ ਹੋ ਜੇ ਹੁਣ ਚਾਰ ਆਈਐਸ ਅਫਸਰ ਆ ਗਏ ਤਾਂ ਕੱਲ ਨੂੰ 40 ਵੀ ਆਣਗੇ 132 ਆਈਐਸ ਅਫਸਰ ਪੰਜਾਬ ਦੇ ਜਿਹੇ ਨੇ ਜਿਦੇ ਕੋਈ ਨਾ ਕੋਈ ਕ੍ਰਾਪਸ਼ਨ ਦਾ ਰੋਪ ਹੈ ਉਹਨਾਂ 70 80 ਆਈਐਸ ਅਫਸਰਾਂ ਨੇ ਕਿਆ ਕਰਿਆ ਭਗਵਾਨਤ ਬਨਾਰਾਲ ਜਾ ਕੇ ਮੀਟਿੰਗ ਕੀਤੀ ਮੈਂ ਆਪਣੇ ਸ਼ਬਦਾਂ ਦਾ ਕਹਿੰਦਾ ਮੈਨੂੰ ਪਤਾ ਨਹੀਂ ਸ਼ਬਦ ਉੱਤੇ ਕੀ ਵਰਤੇ ਦਬਕਾ ਮਾਰਿਆ ਭਗਵਾਨ ਜਤਵਾਨ ਨੂੰ ਵੀ ਤੇਰਾ ਪੰਜਾਬ ਠੱਪ ਕਰ ਦੂੰਗਾ ਆ ਕੇਸ ਦੇ ਵਿੱਚੋਂ ਨੀਰਮਲ ਨੂੰ ਬਾਹਰ ਕੱਢ ਦੇ ਐਫਆਈਆਰ ਕੈਨਸਲ ਕਰ ਇਸ ਕਰਕੇ ਮੈਂ ਕਹਿ ਰਿਹਾ ਵੀ ਬਿੱਲੀਨ ਲੜਾਈ ਚ ਬਾਂਦਰਾ ਦੀ ਸਰਦਾਰੀ ਹੈ ਪਤਾ ਨਹੀਂ ਭਗਵਾਨ ਜਤਵਾਨ ਕਾਰਵਾਈ ਕਰ ਪਾਊਗਾ ਕਿ ਨਹੀਂ ਕਰ ਪਾਊਗਾ ਨੀਰਮਲ ਯਾਦਵ ਆ ਪਤਾ ਨਹੀਂ ਕੌਣ ਆ ਉਹ 10 ਲੱਖ ਦੇ ਕੇਸ ਚ ਟਰਮੀਨੇਟ ਹੈ ਮੇਰੇ ਖਿਆਲ ਜੱਜਾਂ ਦਾ ਵੀ ਕੋਈ ਭਰੋਸਾ ਨਹੀਂ ਇਹ ਲੋਕ ਸੈਟਿੰਗ ਠੋਡਿੰਗ ਕਰ ਲਏ ਮੈਨੂੰ ਪਤਾ ਨਹੀਂ ਹੋਣਾ ਕਿ ਪੰਜਾਬ ਦਾ ਮਨ ਲਓ ਕੋਈ ਐਮ.ਐਲ.ਏ 10 ਕਰੋੜ ਦੀ ਸਰਾਪ ਲਾ ਕੇ ਐਮ.ਐਲ.ਏ ਬਣਿਆ ਉਹ ਇਨਵੈਸਟਮੈਂਟ ਹੈ ਉਹਦੀ 10 ਕਰੋੜ ਦੀ ਉਹਨੇ 10 ਕਰੋੜ ਦਾ 50 ਕਰੋੜ ਕਿੱਦਾਂ ਬਣਾਣਾ ਇਹ ਤਾਂ ਆਈਐਸਐਫ ਤੋਂ ਦੱਸੋ ਨਾ ਇਹ ਤਾਂ ਪੀਸੀਐਸਐਫ ਤੋਂ ਦੱਸੋ ਨਾ ਲੈ ਵੀ ਦੇਸ਼ ਬਾਹਰ ਦੇਖ ਰਹੇ ਥਵੇਂ ਸਾਰੇ ਅੱਜ ਆਪਾਂ ਉਸ ਦੌਰ ਦੇ ਵਿੱਚ ਨੂੰ ਲੰਘ ਰਹੇ ਆਂ ਜਦ ਕਿ ਪ੍ਰਾਈਵੇਟ ਲਾਈਫ ਕਨਾਰਾ ਬੜਾ ਬੁਲੰਦ ਹੋਇਆ ਵਾ ਕਿ ਆਪਣੀ ਲਾਈਫ ਇੰਜੋਏ ਕਰੋ ਤੇ ਦੂਜਿਆਂ ਦੇ ਕੰਮਾਂ ਤੇ ਥਨੇ ਕਿਆ ਕਚਰਾ ਲੈਣੀ ਹੈ ਮਾਰੇ ਗਾਣੇ ਵਾਲੇ ਵੀ ਉਹੀ ਕਹਿੰਦੇ ਫਿਰ ਰਹੇ ਆ ਵੀ ਲੰਗਰ ਖਾਏ ਕਰੋ ਨਾਮ ਜਪੇ ਕਰੋ ਹੋਰ ਕੁਝ ਵੀ ਸੋਚਣੇ ਸਮਝਣੇ ਦੀ ਲੋੜ ਨਹੀਂ ਹੈਗੀ ਜੋ ਬਾਤਾਂ ਸੁਣ ਕੇ ਨਹੀਂ ਲਗਾ ਫਿਰਤਾ ਫਿਰ ਇਹ ਮਾਰਾ ਸਾਰਾ ਜਿਹੜਾ ਪਿਛਲਾ ਇਤਿਹਾਸ ਹੈ ਜਿਨ੍ਹਾਂ ਨੇ ਹੋਰਾਂ ਵਾਸਤੇ ਸਿਰ ਦਏ ਚਰਖੜੀਆਂ ਪਰ ਚੜ ਕੇ ਆ ਰਹੇ ਅੰਗਲ ਚੀਰੇ ਗਏ ਗਦਰੀ ਬਾਬਿਆਂ ਨੇ ਬਾਹਰ ਤੇ ਆ ਗਏ ਫਾਂਸੀ ਦੇ ਰਸੇ ਚੁੰਮੇ ਫਿਰ ਤਾਂ ਸਾਰਾ ਇਤਿਹਾਸ ਹੀ ਗਲਤ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਬੰਦੇ ਅਜਿਹੇ ਆ ਜਿਹੜੇ ਪੰਜਾਬ ਵਾਸਤੇ ਪੰਜਾਬੀ ਇਤਬਾਸਤਾ ਜਿਹੜਾ ਹੈਗਾ ਜੰਗ ਲੜ ਰਹੇ ਆ ਪੰਜਾਬ ਮਾ ਬਹੁਤ ਕੁਝ ਗਲਤ ਹੋ ਰਿਹਾ ਤੇ ਬੜੇ ਬੜੇ ਬੰਦੇ ਇਹਨਾਂ ਸਾਰੀਆਂ ਚੀਜ਼ਾਂ 'ਕ ਵੀ ਸ਼ਾਮਲ ਹੈ ਕੋਈ ਮਾਤੜ ਦੁੱਕੀ ਤਿੱਕੀ ਨਹੀਂ ਬਹੁਤ ਬੜੇ ਬੜੇ ਮਗਰਮੱਛ ਜਿਹੜੇ ਹੈ ਉਹ ਅੱਜ ਪੰਜਾਬ ਨੂੰ ਕਿਸ ਤਰ੍ਹਾਂ ਖਾ ਰਹੇ ਆ ਉਹਨਾਂ ਚੀਜ਼ਾਂ 'ਕ ਬਰਬਾਦਤ ਕਰਾਂਗੇ ਮੇਰੀ ਗੱਲ ਅੱਜ ਬਾਈ ਸਤਨਾਮ ਸਿੰਘ ਦਾਊ ਹੈ ਨੇ ਇਹ ਜੇ ਮਗਰਮੱਛਾਂ ਨੂੰ ਇਹਨਾਂ ਨੇ ਬਹੁਤ ਨੱਥ ਪਾਈ ਆ ਸੋ ਅੱਜ ਬਾਈ ਗੱਲਬਾਤਾਂ ਕਰਾਂ ਸਤਿ ਸ਼ਕਾ ਚ ਸਤਿ ਸ਼ਕਾ ਜੀ ਅੱਛਾ ਭਾਈ ਸਤਨਾਮ ਮੈਂ ਇੱਕਦੋਂ ਪਹਿਲਾਂ ਤੁਹਾਡੀ ਵੀਡੀਓ ਦੇਖੀ ਆ ਵੀ ਪੰਜਾਬ ਮਾ ਬਹੁਤ ਗੁੰਝਲ ਜਿਮਿਨਾ ਬਹਾਲੀ ਗੜ ਦਾ ਚੱਲ ਰਿਹਾ ਖੜਾ। ਜੀ। ਥਾਨੇ ਬਹੁਤ ਸਾਰੇ ਬੰਦੇ ਜਿਹੜਾ ਹੈ ਉਹਨਾਂ ਦਾ ਨੌ ਲਿਆ ਬਕਾਇਦਾ। ਹੂੰ ਹੂੰ। ਵੀ ਇਹ ਮਿਲਕ ਹੈ। ਮਤਲਬ ਇੱਕ ਜਿਹੜੇ بڑے ਬੰਦੇ ਆ ਉਹਨਾਂ ਦਾ ਇੱਕ ਗੱਠ ਜੋੜ ਹੈ। ਜਿਹੜਾ ਸਾਰੇ ਕਾਸੇ ਕਿ ਲੁੱਟ ਕਰ ਰਿਹਾ। ਜੀ ਜੀ। ਮਨ ਲਗਾ ਚਾਨਣਾ ਪਾਓ ਮਾਰੇ ਸੁਣਨੇ ਵਾਲਿਆਂ ਨੂੰ ਵੀ ਪਤਾ ਲੱਗ ਜਾ ਵੀ ਅਸਲ ਮਾ ਹੋ ਕੀ ਰਿਹਾ। ਠੀਕ। ਦੇਖੋ ਮਾਮਲੇ ਆਨੇ ਮੈਨੂੰ ਆਨੇ ਪਤਾ ਵੀ ਕਿਹੜੇ ਮਾਮਲੇ ਦੀ ਗੱਲ ਕਰਨੀ ਆ ਨਾ। ਕਿਹੜਾ ਵੀ ਤੁਹਾਨੂੰ ਆਪਾਂ ਜ਼ਮੀਨਾਂ ਵਾਲੇ ਸ਼ੁਰੂ ਕਰਾਂ ਪਹਿਲਾਂ। ਠੀਕ ਹੈ। ਮੁਹਾਲ ਦੇਖੋ ਅਦਾਈ ਜਦੋਂ ਆਪਾਂ ਸੋਚੀ ਸੰਭਾਲੀ ਹਾਂ ਤੁਹਾਨੂੰ ਪਤਾ ਹੀ ਹੈ 90 ਦੇ ਦਹਾਕੇ ਤੋਂ ਬਾਅਦ ਜੇ ਆਪਾਂ ਦੇਖੀਏ 90 ਦੇ ਦਹਾਕੇ ਤੋਂ ਬਾਅਦ ਪੰਜਾਬ ਨੂੰ ਲੁੱਟਿਆ ਕਿਉਂਕਿ ਜਿਹੜੀ ਉਦੋਂ ਮੂਵਮੈਂਟ ਚੱਲਦੀ ਕੋਈ ਨੂੰ ਖਾਲਸਤਾਨੀ ਕੋਈ ਆਤਕਵਾਦੀ ਮੂਵਮੈਂਟ ਕਹਿੰਦਾ ਉਹ ਤੋਂ ਬਾਅਦ ਲੋਕ ਡਰ ਗਏ ਪੰਜਾਬ ਦੇ ਤੇ ਜਦੋਂ ਡਰ ਗਏ ਤਾਂ ਫਿਰ ਪੋਲੀਟੀਕਲ ਲੋਕਾਂ ਨੇ ਤੇ ਅਫਸਰਾਂ ਨੇ ਲੁੱਟਣਾ ਸ਼ੁਰੂ ਕੀਤਾ ਪੰਜਾਬ ਨੂੰ ਤੇ ਉਹਨਾਂ ਦੀ ਜ਼ਮੀਨਾਂ ਜਾਇਦਾ ਅਰਬਾਂ ਖਰਬਾਂ ਦੀਆਂ ਬਣ ਗਈਆਂ ਤੇ ਉਹਨਾਂ ਮਾਮਲੇ ਸਾਡੇ ਧਿਆਨ ਚ ਆਉਂਦੇ ਰਹੇ ਬਹੁਤ ਹੂੰ ਖਾਸ ਤੌਰ ਤੇ ਚੰਡੀਗੜ੍ਹ ਦੇ ਇਲਾਕੇ ਦੇ ਦੇਖੀਏ ਸ਼ਿਵਾਲਿਕ ਦੀ ਪਹਾੜੀਆਂ ਦੇਖੀਏ ਜਿੰਨੇ ਡੀਜੀਪੀ ਐ ਜਿੰਨੇ ਐਸਐਸਪੀ ਐ ਜਿੰਨੇ ਮੁੱਖ ਮੰਤਰੀ ਐ ਚਾਹੇ ਬਾਦਲ ਐ ਚਾਹੇ ਕੈਪਟਨ ਐ ਇੱਥੇ ਵੈਸੇ ਤਾਂ ਆਪਾਂ 1 ਇੰਚ ਜ਼ਮੀਨੀ ਘੇਰ ਸਾਲਾ ਚੰਡੀਗੜ੍ਹ ਮੋਹੌਲੇ ਚ ਪਰ ਜੇ ਤੁਸੀਂ ਨਵੇਂ ਚੰਡੀਗੜ੍ਹ ਜਾ ਕੇ ਦੇਖੋ 10 10 20 20 50 50 100 100 ਕਿੱਲੇ ਵੀ ਬਣਾਏ ਹੋਏ ਆ ਜਿੱਥੇ ਜੰਗਲਾਤ ਵਿਭਾਗ ਮੈਂ ਕਹਿੰਦਾ ਕਿ ਆਪਾਂ ਪਹਾੜ ਦੇ ਵਿੱਚੋਂ ਇੱਕ ਦਰਖਤ ਨਹੀਂ ਕੱਟ ਸਕਦੇ ਉੱਥੇ ਕੈਪਟਨ ਮਨਿੰਦਰ ਦਾ ਮਹਿਲ ਹੈ ਸੁਖ ਵਿਲਾ ਹੈਗੀ ਹੈ ਸੁਖਵੀਰワਦਲ ਦੀ ਜ ਜਦੋਂ ਦੋ ਵੱਟਿਆਂ ਦੀ ਹੈਗੀ ਤਾਂ ਛੋਟਿਆਂ ਦੀ ਵੀ ਹੈਗੀਆਂ ਤੇ ਉਹ ਜ਼ਮੀਨਾਂ ਦੇ ਕਪਲੇ ਹੈਗੇ ਇੱਥੇ ਦੂਜਾ ਇੱਕ ਚਿੱਟ ਫੰਡ ਕੰਪਨੀ ਚੱਲੇ ਤੇ ਗੋਲਡਨ ਫੋਰੈਸਟ ਗੋਲਡਨ ਫੋਰੈਸਟ ਦੀ 2200 ਕਿੱਲੇ ਜ਼ਮੀਨ ਹੈ ਜੀਰਕਪੁਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਉਹ 2200 ਕਿੱਲੇ ਜ਼ਮੀਨ ਹੁਣ ਪੰਜਾਬ ਸਰਕਾਰ ਦੇ ਨਾਂ ਚੜੀ ਹੋਈ ਹੈ ਉਹ 2200 ਬੰਦ ਪਿਆ ਮੇਰੇ ਖਿਲ ਵਿੱਚ ਬਣਿਆ ਵਾ ਝਾਰਮੜੀ ਹਾਂਜੀ ਹਾਂਜੀ ਉਹ ਹੀ ਉਹ 2200 ਕਿੱਲੇ ਜ਼ਮੀਨ ਅੱਜ ਰਾਜਸੀ ਲੋਕਾਂ ਦੇ ਕਬਜ਼ੇ 'ਚ ਹੈ। ਉੱਥੇ ਠੇਕੇ ਦੇ ਜ਼ਮੀਨਾਂ ਦੇ ਕੇ ਵੀ ਪੈਸੇ ਕਮਾਏ ਜਾ ਰਹੇ ਹਨ। ਜਿੰਨੀ ਮਾਈਨਿੰਗ ਹੋ ਰਹੀ ਹੈ ਚੰਨੀ ਸਰਕਾਰੀ ਹੈ ਸਰਕਾਰੀ ਪੰਜਾਬ ਸਰਕਾਰ ਦੀ। ਜਿੰਨੀ ਮਾਈਨਿੰਗ ਹੋ ਰਹੀ ਹੈ ਜਿੰਨੇ ਦਰਖਤ ਵੱਢੇ ਜਾ ਰਹੇ ਹਨ ਜਿੰਨਾ ਉੱਥੇ ਰੇਤਾ ਲੱਗਿਆ ਬਾਜਰੇ ਕੇ ਜੀਰਕਪੁਰ ਦੇ ਵਿੱਚ ਮਹਾਲੀ 'ਚ ਬਹੁਤੀ ਉਹ 2200 ਕਿੱਲੇ 'ਚ ਲੱਗ ਰਹੀ ਹੈ। ਤੇ ਹਲੇ ਵੀ ਸਰਕਾਰ ਦੀ ਹੈ। ਉਹ ਅਸੀਂ ਰੌਲਾ ਪਾਉਂਦੇ ਰਹੇ ਹਾਂ। ਦੂਜਾ ਅਗਲਾ ਜਦੋਂ ਅਸੀਂ ਦਿੱਲੀ ਬੈਠੇ ਦੇ ਕਿਸਾਨ ਮੋਰਚੇ ਦੇ ਵੀ ਜਮੀਨਾਂ ਲੁੱਟ ਰਿਹਾ ਮੋਦੀ ਨੇ ਕਾਲਾ ਕਾਨੂੰਨ ਬਣਾਇਆ ਇੱਕ ਕਾਲਾ ਕਾਨੂੰਨ ਪੰਜਾਬ ਸਰਕਾਰ ਨੇ ਪੰਜਾਬ ਵਾਸਤੇ ਬਣਾਇਆ ਹੋਇਆ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਅੱਛਾ ਉਹ ਮਾਮਲਾ ਮੈਂ ਰੌਲਾ ਪਾਇਆ ਹੂੰ ਉਹ ਰੌਲਾ ਪਾਇਆ ਵੀ ਜਿਹੜਾ ਮੰਤਰੀ ਦਾ ਆਪਣਾ ਬਲਬੀਰ ਸਿੱਧੂ ਹੈਲਥ ਮਨਿਸਟਰ ਪੰਜਾਬ ਇਹਨੇ ਬਲੌਂਗੀਪਿੰਡ ਦੀ ਜਮੀਨ ਨਾ 33 ਸਾਲਾਂ ਵਾਸਤੇ ਲੀਜ਼ ਤੇ ਲਈ ਲੀਜ਼ ਤੇ ਲੈ ਕੇ ਸਕੀਮ ਇਹ ਬਣਾ ਲਈ ਵੀ ਇੱਥੇ ਗਊਆਂ ਰੱਖਣੀਆਂ ਗਊ ਸ਼ਾਲਾ ਖੋਲਣੀਆਂ ਤੇ ਉਹ ਜ਼ਮੀਨ 10-11 ਕਿੱਲੇ ਜਿਹੜੀ ਹੈ 100 225 ਕਰੋੜ ਦੀ ਹੈ ਉਹ ਜ਼ਮੀਨ 33 ਸਾਲਾਂ ਬਾਅਦ ਤੇ ਲੀਜ਼ ਤੇ ਲੈ ਲਈ 1.25 ਲੱਖ ਰੁਪਏ ਦੀ 10 ਕਿੱਲੇ ਜ਼ਮੀਨ। ਚੰਨੀ ਸਰਕਾਰ ਦਾ ਮੰਤਰੀਤਾ ਬਲਬੀਰ ਸਿੰਘ। ਹਾਂਜੀ ਬਲਬੀਰ ਸਿੰਘ। ਤੇ ਮੁੜ ਕੇ ਉਹਦੇ ਕੋਈ ਲੀਜ਼ ਨਹੀਂ ਦੇਣੀ ਬਲਾਂਗੇ ਪਿੰਡ ਦੀ ਪੰਚਾਇਤ ਤੋੜ ਦੇਣੀ ਮਹੌਲੀ ਸ਼ਾਮਲ ਕਰ ਲੈਣਾ 250 ਕਰੋੜ ਦੀ ਜ਼ਮੀਨ ਗਈ। ਹੂੰ ਇਹ ਜਦੋਂ ਜ਼ਮੀਨ ਦਾ ਮੈਨੂੰ ਪਤਾ ਲੱਗਿਆ ਫਿਰ ਮੈਂ ਥੋੜਾ ਹੋਰ ਗਹਿਰਾਈ 'ਚ ਗਿਆ ਕਿ ਪੰਜਾਬ ਸਰਕਾਰ ਨੇ ਇੱਕ ਪਾਲਿਸੀ ਬਣਾਈ ਕਿ ਜਿਹੜੇ ਪੰਜਾਬ ਦੇ 12-13 ਹਜ਼ਾਰ ਪਿੰਡ ਐ ਇਹਨਾਂ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਕਿਵੇਂ ਦੱਬਣੀਆਂ। ਹੂੰ ਉਹ ਪੰਚਾਇਤੀ ਜ਼ਮੀਨਾਂਦ ਬਣਵਾਸਤੇ ਜਿਹੜੀ ਜ਼ਮੀਨਾਂ ਲੋਕ ਠੇਕੇ ਤੇ ਲਾ ਕੇ ਖੇਤੀ ਕਰਦੇ ਸਾਲ 2 ਸਾਲ ਵਾਸਤੇ ਉਹਦੇ ਵਾਸਤੇ ਪਾਲਿਸੀ ਬਣਾ ਲਈ 33 ਸਾਲਾਂ ਵਾਸਤੇ ਲੀਜ਼ ਤੇ ਲੈ ਸਕਦੇ ਆ। ਲੀਜ਼ ਤੇ ਲੈਣ ਵੇਲੇ ਕੋਈ ਵੀ ਕਰਾਣਾ ਇੱਥੇ ਜੋ ਮਰਜ਼ੀ ਕਰੇ। ਕੋਈ ਸਕੂਲ ਖੋਲੇ ਕੋਈ ਫੈਕਟਰੀ ਲਗਾਏ ਬਹਾਨਾ ਇਹ ਬਣਾ ਲੈ ਲੋਕਾਂ ਨੂੰ ਰਜਾ ਕਰ ਦਾਂਗੇ। ਉਹ ਜ਼ਮੀਨ ਦੇਣ ਦਾ ਵੀ ਟੰਗ ਤਰੀਕਾ ਏ ਜਿਹਦਾ ਪੰਚਾਇਤ ਦੇ ਵਿੱਚ ਜ਼ਮੀਨ ਆਪਾਂ ਖੇਤੀ ਵਾਸਤੇ ਦੇਣੀ ਆ ਉਹਦੀ ਬੋਲੀ ਹੁੰਦੀ ਐ। ਇੱਕ ਬੰਦਾ ਕਹਿੰਦਾ ਮੇਰਾ 25000 ਕਿੱਲਾ ਦੂਜਾ ਕਹਿੰਦਾ 30000 ਕਿੱਲਾ ਤੇ ਜਗ੍ਹਾ ਦਾ ਹਣ 40000 ਕਿੱਲਾ। ਪਰ ਬਲਬ ਨਾ ਕੋਈ ਅਖਬਾਰ ਚ ਇਸ ਤਿਆਰ ਨਾ ਬੋਲੀ ਦਾ ਕਿਸੇ ਨੂੰ ਮੌਕਾ ਦੇਆ ਮੰਤਰੀ ਅਗਲਾ ਹੈਗਾ ਇਹ ਉੱਪਰ ਤੇ ਦਬਕਾ ਮਾਰਿਆ ਪੰਚਾਇਤ ਪੰਚਾਇਤ ਡਾਇਰੈਕਟਰ ਨੂੰ ਉਹ ਜ਼ਮੀਨ 20 25000 ਰੁਪਏ ਕਿੱਲੇ ਦੀ ਠੇਕੇ ਤੇ ਲੈ ਲਈ ਉਹਦਾ ਮੈਨੂੰ ਪਤਾ ਲੱਗ ਗਿਆ ਪਤਾ ਤਾਂ ਲੱਗਿਆ ਸਾਡੇ ਪਿੰਡ ਦੀ ਜ਼ਮੀਨ ਦਾਉਂ ਦੀ ਵੀ ਐਦਾਂ ਹੀ ਜਾਣ ਲੱਗੀ ਉਹ ਜ਼ਮੀਨ ਫਿਰ ਕੋਈ ਪੋਲਿਟੀਕਲ ਮਾਮਲਾ ਬਣ ਗਿਆ ਰੌਲਾ ਸੀ ਪਾਤਾ ਬਲਬੀਰ ਸਿੰਘ ਦੀ ਬਦਰਾਮੀ ਬਹੁਤ ਹੋਈ ਉਹਨੂੰ ਖਮਿਆਜਾ ਹੀ ਭੁਗਤਣਾ ਪਿਆ ਜਦੋਂ ਰੌਲਾ ਪਾਇਆ ਤਾਂ ਮੇਰੇ ਦਿਮਾਗ 'ਚ ਇਹੀ ਰਹਿ 250 ਕਰੋੜ ਦੀ ਜ਼ਮੀਨ ਕਿਉਂਕਿ ਇਹਦੇ 2.5 ਕਰੋੜ ਦਾ ਫਲੈਟ ਹੈ ਇੱਕ ਉਹ ਜ਼ਮੀਨ ਦੇ 100 ਵਿਦਟਾਇ ਲੱਖ ਰੁਪਏ ਲੈ ਗਿਆ ਮੁੜ ਕੇ ਆਦਾ ਭਾਈ ਮੇਰ ਹੈ ਮੋਹਾਲੀ ਦਾ ਐਨੇ ਮੁੜ ਕੇ ਬੋਲੀ ਨਹੀਂ ਦੇਣੀ ਪੰਚਾਇਤ ਤੋੜ ਦੇਣੀ ਵੀ ਇਹ ਤਾਂ ਐਦਾਂ ਹੀ ਬਲਾਂਗੀ ਨਾ ਹੋਇਆ ਐਦਾਂ ਹੀ ਮੇਰੇ ਪਿੰਡਾਂ ਹੁਣਾ ਜਦੋਂ ਮੈਂ ਰੌਲਾ ਪਾਇਆ ਤਾਂ ਉਹਦੀ ਬਦਨਾਮੀ ਵੀ ਹੋਈ ਤਾਂ 25 30 ਪਿੰਡ ਮੇਰੇ ਕੋਲ ਹੋਰ ਆ ਗਏ ਮੋਹਾਲੀ ਦੇ ਜਿਹੜਾ ਕਹਿੰਦਾ ਇਸ ਮੰਤਰੀ ਨੇ ਦੱਬਿਆ ਇਸ ਮੰਤਰੀ ਨੇ ਦੱਬਿਆ ਇੱਕ ਪਿੰਡ ਆ ਗਿਆ ਚੰਦਪੁਰ ਨਵੇਂ ਚੰਡੀਗੜ੍ਹ ਚ 88 ਕਿੱਲੇ ਜ਼ਮੀਨ ਹੈ 5 ਕਰੋੜ ਦਾ ਕਿਲਾ ਉੱਥੇ ਇੱਕ ਪੰਜਾਬ ਸਰਕਾਰ ਜੇਰ ਬਣਾਉਣ ਲੱਗੀ ਹੈ ਚੰਡੀਗੜ੍ਹ 에어ਪੋਰਟ ਦੇ ਨੇੜੇ ਠੇਕੇ ਤੇ ਲੈ ਕੇ ਹਜ ਤੱਕ ਪੂਰੇ ਪਾਰ ਦੇ ਵਿੱਚ ਠੇਕੇ ਤੇ ਜ਼ਮੀਨ ਲੈ ਕੇ ਕੋਈ ਜੇਲ ਨਹੀਂ ਬਣਾਈ ਗਈ ਉਹ ਜੇਲ ਬਣਾਉਣ ਵਾਸਤੇ ਫਿਰ ਸ਼ੁੱਗਰਪਿੰਡ ਦੇ ਵਿੱਚ ਪਤਾ ਲੱਗਾ ਪੇ ਪੋਲਿਟੀਕਲ ਬੰਦਿਆਂ ਦਾ ਇੱਕ ਗਰੁੱਪ ਹੈਗਾ ਉਹਨੇ ਵੇਵ ਸਟੇਟ ਨਾਮ ਦੀ ਕੰਪਨੀ ਨੂੰ 13 ਕਿੱਲੇ ਜ਼ਮੀਨ ਠੇਕੇ ਦੇਣ ਲੱਗੇ ਉਹ ਰੌਲਾ ਸੀ ਜਿਆਦਾ ਪਾਇਆ ਤੇ ਪਹਿਲੀ ਗੱਲ ਇਹ ਹੋਈ ਵੀ ਰਾਜਨੀਤੀ ਵੋਟਾਂ ਨੜੀ ਦੀਆਂ ਪੋਲਿਟੀਕਲ ਉਹਦੇ ਕਰਕੇ ਪ੍ਰੈਸ਼ਰ ਕਰਕੇ ਬਦਨਾਮੀ ਤੋਂ ਬਚਣ ਵਾਸਤੇ ਉਹਦੇ ਐਕਸ਼ਨ ਵੀ ਹੋਣੇ ਸ਼ੁਰੂ ਹੋਏ ਤੇ ਬਾਅਦ ਵਿੱਚ ਨਵੀਂ ਸਰਕਾਰ ਆਈ ਤਾਂ ਬਲਵੀਰ ਸਿੱਧੂ ਵਾਲੀ ਗਊਸ਼ਾਲਾ ਵੀ ਕੈਨਸਲ ਕਰੀ ਇਸ ਕਰਕੇ ਜਿਹੜੇ ਕੋ ਠੱਗੀ ਦੇ ਸ਼ਿਕਾਰ ਲੋਕ ਆ ਜਾਂ ਜਿਹੜੇ ਇਹ ਜਿਹੇ ਮਾਮਲੇ ਆ ਉਹ ਜੋ ਕੁਝ ਲੋਕ ਸਾਡੇ ਕੋਲ ਪਹੁੰਚ ਜਾਂਦੇ ਵੀ ਅਸੀਂ ਨਾ ਦਾ ਬਿਕਣਾ ਹੁੰਦਾ ਨਾ ਹੀ ਡਰਨਾ ਹੁੰਦਾ ਹਾਂ ਮਰ ਮੁਰਦਾ ਸਕਦੇ ਆ ਕਦੇ ਵੀ ਨਾ ਤੇ ਉਹਨਾਂ ਦਿਨਾਂ ਚ ਮੇਰੇ ਕੋਲ ਪਹਿਲੇ ਵੀ ਥੋੜੀ ਮੈਨੂੰ ਪਤਾ ਦਾ ਪਹਿਲੇ ਵੀ ਆਪਣੇ ਕੋਲ ਜਾਣਕਾਰੀ ਆਏ ਦੀ ਉਸ ਤੋਂ ਪਹਿਲੇ ਮੈਂ ਇੱਕ 1 ਲੱਖ ਕਰੋੜ ਦਾ ਠੱਗੀ ਦਾ ਮਾਮਲਾ ਕੱਢਿਆ ਜਿਹੜੇ ਪਹਿਲੇ ਸਾਡੇ ਸ਼ਹਿਰਾਂ ਚ ਨਾ ਇਹਦਾ ਮੋਹਾਲੇ ਚ ਐਲ ਆਈ ਜੀ ਮਕਾਨ ਹੈ ਐਲ ਆਈ ਜੀ ਤੇ ਐਚ ਆਈ ਜੀ ਮਕਾਨ ਉਹ ਮਿਲਦੇ ਨੇ ਜਿਹੜਾ ਸਰਕਾਰੀ ਨੌਕਰ ਹੈ ਨੇ ਜਿਹੜਾ ਕੋ ਛੋਟੇ-ਬੁੜੀ ਦੁਕਾਨ ਕਰਦਾ ਛੋਟੇ-ਮੋਟੇ ਫੈਕਟਰੀ ਦੇ ਨੌਕਰ ਹੈ ਇਹ ਮੁਰਗੀਖਾਨਾ ਅੱਜਕੱਲ 35-40 ਲੱਖ ਰੁਪਏ ਦਾ ਦੋ ਕਮਰਿਆਂ ਦਾ ਅੱਛਾ ਮੁਰਗੀਖਾਨਾ ਹਾਂ ਜਿਹਨੇ ਤੁਸੀਂ ਮੁਰਗੀਖਾਨਾ ਗੱਲ ਨੇ ਉਹ ਮੇਰੇ ਵਾਕਾ ਬੰਦਾ ਲੈ ਨਹੀਂ ਸਕਦਾ ਮੁਰਗੀਖਾਨਾ ਬਹੁਤ ਮਹਿੰਗਾ ਹੋ ਗਿਆ ਹਾਂ 35-40 ਲੱਖ ਤੋਂ ਘੱਟ ਨਹੀਂ ਮਿਲਦਾ ਮਾਲੀ ਜੀ ਇਹ ਪਹਿਲੇ ਗਮਾਡਾ ਪੁੱਡਾ ਐਲ ਆਈ ਜੀ ਮਕਾਨ ਦਿਆ ਕਰਦਾ ਤਾਂ ਲਾਗਤ ਰੇਟ ਤੇ ਇਹ ਮੁਰਗੀਖਾਨੇ ਦੀ ਲਾਗਤ ਰੇਟ 5 ਲੱਖ ਰੁਪਇਆ ਜਿਹੜਾ ਮਟੀਰੀਅਲ ਲੱਗਾ ਜਮੀਨ ਨੂੰ ਜਿਸ ਛੱਡਦੀ ਹੈ ਤਾਂ ਬਾਦਲ ਸਰਕਾਰ ਨੇ 2008 ਦੇ ਵਿੱਚ ਸਕੀਮ ਕੱਢੀ ਕਿਉਂਕਿ ਮਜ਼ਦੂਰੀ ਦੀ ਦੇਸ਼ ਦੇ ਸੰਵਿਧਾਨ ਦੇ ਮਤਲਬਕ ਸਰਵੇ ਕਰਿਆ ਉਹਨੇ ਕਿ 12 ਲੱਖ ਟੱਬਰ ਪੰਜਾਬੀ ਹਮੇ ਬੜਕਾ ਮਾਰੀ ਜਾਂਦੇ ਵੀ ਜ਼ਮੀਨਾਂ 10 ਕਰੋੜ ਦੀਆਂ ਕਿੱਲਾ ਜਿਹਦਾ ਲਾਲਾ ਬਕਰ ਵਰ ਸਾਨੂੰ ਕਹਿੰਦਾ ਦਾ ਤੇ ਐਨਾ ਕੁਝ ਹੋ ਗਿਆ ਸਾਰਿਆਂ ਕੋਲ ਜ਼ਮੀਨਾਂ ਤਾਂ ਨਹੀਂ ਹੈ ਪਿੰਡਾਂ 'ਚ ਹੈਨਾ ਕਿ ਜਿਹ ਕੋ ਬਾੜਾ ਵੀ ਨਹੀਂ ਹੈ ਇੱਕ ਜੇ ਮਰਲਾ ਜ਼ਮੀਨ ਵੀ ਹੈ ਨਹੀਂ ਬੈਠਾ ਸੁਣ ਰਿਹਾ ਤੇ ਹਲੇ ਵੀ ਕੱਚੇ ਮਕਾਨ ਆ ਲੋਕਾਂ ਦੇ ਤੇ ਉਹ ਜਿਹੜਾ ਪਰਜਾ ਛੋਟੇ ਮੁੰਡੇ ਨੌਕਰੀ ਕਰਦਾ ਹੈਨਾ ਛੋਟਾ ਮੋਟਾ ਕੰਮ ਧੰਦਾ ਕਰਦਾ ਉਹਨਾਂ ਵਾਸਤੇ ਘਰ 12 ਲੱਖ ਟੱਬਰ ਹੈ ਪੰਜਾਬ 'ਚ ਹੁਣ ਮੰਨ ਲਓ 30 ਸਾਲ ਪਹਿਲਾਂ ਮਹੌਲੀ ਦੇ ਇੱਕ ਫੇਜ ਕਿਸੇ ਨੇ ਐਲ ਆਈ ਜੀ ਮਕਾਨ ਲੈ ਲਿਆ ਇੱਕ 30 ਸਾਲਾਂ ਜੋ ਪੁੱਤਿਆਂ ਵਾਲਾ ਹੋ ਗਿਆ ਦੋ ਕਮਰੇ 'ਚ ਪੋਤਾ ਵੀ ਰਹਿ ਰਹੇ ਆ ਬਾਪੂ ਵੀ ਰਹਿ ਰਹੇ ਨੂ ਵੀ ਰਹਿ ਰਹੇ ਮਾਂ ਵੀ ਰਹਿ ਰਹੇ ਡਾਦਾ ਸਬੰਧੇ ਰਹਿ ਰਹੇ ਆ ਉਹਨਾਂ ਵਾਸਤੇ ਸਕੀਮ ਬਣਾਈ ਬਾਦਲ ਨੇ ਵੀ 10 ਲੱਖ ਟੱਬਰ ਅਜਿਹੇ ਆ ਜਿਹੜੇ ਇਕਨੋਮਿਕਲੀ ਵੀਕਰ ਹੈ ਵੀ ਸਾਰਿਆਂ ਕੋਲ ਜਿਹੜੇ ਆਪਣਾ ਘਰ ਨਹੀਂ ਹੈ ਕਈ ਅਮੀਰ ਵੀ ਬਹੁਤ ਆ ਉਹ ਚ ਪਰ 10 ਲੱਖ ਟੱਬਰ ਇਕਨੋਮਿਕਲੀ ਵੀਕਰ ਆ ਆਰਥਿਕ ਤੌਰ ਤੇ ਕਮਜ਼ੋਰ ਆ ਉਹਨਾਂ ਵਾਸਤੇ ਸਕੀਮ ਬਣਾਈ ਕਿ ਜਿਹੜੀ ਪਹਿਲਾਂ ਗਮਾੜਾ ਪੁੱਡਾ ਮਕਾਨ ਦਿਆ ਕਰਦਾ ਦਾ ਗਲਾਡਾ ਜਾਂ ਲੁਧਿਆਣਾ ਡਿਵੈਲਪਮੈਂਟ ਅਥਾਰਟੀ ਜਾਂ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਾਂ ਗਮਾੜਾ ਉਹਨਾਂ ਵਾਸਤੇ ਹੁਣ ਜਿਹੜੇ ਪ੍ਰਾਈਵੇਟ ਕੰਪਨੀਆਂ ਮਾਰਕੀ ਉਹ ਮਕਾਨ ਇੱਕ ਮੈਂ ਵੀ ਲੈ ਲਿਆ ਤੇ ਮੈਨੂੰ ਲੱਗਿਆ ਯਾਰ ਮੈਂ ਤਾਂ ਗਰੀਬ ਨਹੀਂ ਐ ਤਾਂ ਮੈਂ ਗਰੀਬ ਐ ਪਰ ਮੇਰੀ ਇਨਕਮ ਰੈਟਨ ਐਦਾਂ ਦੀ ਮੈਂ ਗਰੀਬ ਨਹੀਂ ਐ ਕਿਉਂਕਿ ਉਦੋਂ 15000 ਤੋਂ ਉੱਪਰ ਵਾਲੇ ਨੂੰ ਗਰੀਬ ਨਹੀਂ ਮੰਨਿਆ ਜਾਂਦਾ 2008 ਚ ਤੇ ਮੈਂ ਉਹ ਮਕਾਨ ਵੀ ਲੈ ਲਿਆ ਪੈਸੇ ਵੀ ਦੇਤੇ ਮੈਂ ਅੱਜ ਤੱਕ ਨਾ ਰਜਿਸਟਰੀ ਕਰਾਈ ਨਾ ਕਬਜ਼ਾ ਲਿਆ ਮੈਂ ਕਹਿੰਦਾ ਪਹਿਲਾਂ ਗਰੀਬਾਂ ਨੂੰ ਮਕਾਨ ਦਓ ਮੈਨੂੰ ਕਹਿਆ ਲੱਗਿਆ ਵੀ 10 ਲੱਖ ਦਾ ਇੱਕ ਮਕਾਨ ਜੇ 10 ਲੱਖ ਮਕਾਨ ਐ ਤਾਂ 1 ਲੱਖ ਕਰੋੜ ਦੀ ਠੱਗੀ ਹੋ ਗਈ ਵੀ ਮੈਨੂੰ ਮਿਲੇਗਾ ਆਪਾਂ ਨਹੀਂ ਮਿਲੂਗਾ ਪਹਿਲਾਂ ਲੋਕਾਂ ਨੂੰ ਦਵਾਈਏ ਉਹ ਲੜਾਈ ਆਪਾਂ ਛੇੜੀ ਤੇ ਉਦੋਂ 2008 9 10 11 12 15 ਚ ਪਰਚਾ ਦਰਜ ਕਰਾਇਆ ਮੈਂ ਐਸਬੀਪੀ ਹੋਮ ਤੇ ਪਹਿਲੀ ਵਾਰੀ ਵੀ ਮੈਨੂੰ ਗਰੀਬ ਦਾ ਮਕਾਨ ਵੇਚ ਕੇ ਆ ਗਰੀਬਾਂ ਨਾਲ ਵੀ ਠੱਗੀ ਆ ਪੰਜਾਬ ਸਰਕਾਰ ਤੋਂ ਸੌਲਤਾ ਨਹੀਂ ਆ ਉਹ ਪੰਜਾਬ ਸਰਕਾਰ ਨਾਲ ਵੀ ਠੱਗੀ ਆ ਤੇ ਵੀ ਇਹਨੂੰ ਜਿਹੜੀ ਉਹ ਠੱਗੀ ਮਾਰ ਲਈ ਤੇ ਲੋਕਾਂ ਨੂੰ ਘਰ ਮਿਲਣੇ ਚਾਹੀਦੇ ਤੇ ਪਰਚਾ ਦਰਜ ਕਰੋ ਚਲੋ ਉਹਨਾਂ ਦਿਨਾਂ ਜਿਹੜੀ ਰਾਜਨੀਤੀ ਆ ਗਈ ਜਿਹੜੇ ਵੋਟਾਂ ਆ ਗਈਆਂ 2015 16 ਦੇ ਵਿੱਚ ਬੜਾ ਗਾਹ ਪੈ ਗਿਆ ਆਮ ਆਦਮੀ ਪਾਰਟੀ ਵੀ ਆ ਗਈ ਤੇ ਉਹ ਛੁੱਠਾ ਮੋਟਾ ਜਿਹਾ ਪਰਚਾ ਦਰਜ ਕਰਤਾ ਕਿਉਂਕਿ ਮੈਂ ਹਾਈ ਕੋਰਟ ਦੇ ਵਿੱਚ ਲਾ ਗਿਆ ਵੀ ਗਰੀਬਾਂ ਦਾ ਮਕਾਨ ਮੈਨੂੰ ਵੇਚ ਫਿਰ ਇਹ ਮਾਮਲਾ ਬਾਦ ਦੇ ਵਿੱਚ ਡਾਕਟਰ ਧਰਮबीर ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਦੇ ਉਹ ਲੈ ਗਿਆ ਨੂੰ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਆਨ ਅਰਬਨ ਡਿਵੈਲਪਮੈਂਟ ਇਹ ਪਤਾ ਲੱਗਿਆ ਤੇ ਦੇਸ਼ ਦੇ ਸਭ ਤੋਂ ਵੱਡੇ ਸਕੀਮਾ ਜੇ ਇੱਕ ਹੈ ਜੇ ਪੰਜਾਬ ਸਟੇਟ ਡਾਕੂਮੈਂਟ ਪੇਸ਼ ਕਰਦੀ ਹੈ ਮੈਂ ਹੀ ਦਿੱਤੇ ਸਾਰੇ ਡਾਕੂਮੈਂਟ ਇਕੱਠੇ ਕਰਕੇ ਵੀ 1 ਲੱਖ ਕਰੋੜ ਦੀ ਠੱਗੀ ਤਾਂ ਹਰਿਆਣਾ ਜੀ ਵੀ ਹੈ ਹਿਮਾਚਲ ਜੀ ਵੀ ਹੈ ਰਾਜਸਥਾਨ ਜੀ ਵੀ ਹੈ ਤੇ ਉਹ ਸਕੀਮ ਹੌਲੀ ਹੌਲੀ ਲਾਗੂ ਹੋ ਰਹੀ ਹੈ ਤੇ ਪ੍ਰਧਾਨ ਮੰਤਰੀ ਹਾਊਸਿੰਗ ਫੋਰ ਆਲ ਸਕੀਮ ਵੀ ਚੱਲੀ ਹੈ 2016 ਚ ਬਾਦਲ ਸਰਕਾਰ ਨੇ ਜਿਹਨੇ ਤੁਸੀਂ ਮੁਰਗੀ ਖਾਨੇ ਕਹਿੰਦੇ 25 ਆ ਲੋਕਾਂ ਤੋਂ ਅਰਜ਼ੀਆਂ ਵੀ ਲਈਆਂ ਡਰਾ ਵੀ ਕੱਢੇ ਆ ਤੇ ਉਹ ਫਿਰ ਬਾਅਦ ਦੇ ਵਿੱਚ ਬਾਦਲ ਦੇ ਦਿਵਾ ਚ ਬੇਈਮਾਨੀ ਆ ਗਈ ਵੀ ਜਿਹੜੀ 7-800 ਕਿੱਲੇ ਜ਼ਮੀਨ ਮੈਗਾ ਪ੍ਰੋਜੈਕਟ ਤੇ ਸੁਪਰ ਮੈਗਾ ਪ੍ਰੋਜੈਕਟਾਂ ਦੇ ਵਿੱਚ ਹੈ ਉਹ 10-10 ਕਰੋੜ ਦਾ ਕਿੱਲਾ ਹੈ ਬਿਲਡਰ ਕਹਿਣ ਲੱਗੇ ਵੀ ਇੱਥੇ ਮੇਰੀ ਕੋਠੀ ਮੰਨ ਲਓ 2 ਕਰੋੜ ਦੀ ਵਿਕਣੇ ਤੇ ਗਰੀਬ ਜੇ ਰਹਿਣ ਲੱਗ ਜੋਂਗੇ ਤਾਂ ਸਾਡੇ ਦਾ ਵੈਲਿਊ ਘਟ ਜਾਣੀ ਤਾਂ ਬਾਦਲ ਸਰਕਾਰ ਨੇ ਫਿਰ ਨਵੀਂ ਪਾਲਿਸੀ ਬਣਾ ਲਈ ਵੀ ਆ ਗਰੀਬਾਂ ਦੇ ਹਿੱਸੇ ਦੀ ਜ਼ਮੀਨ ਅਸੀਂ ਵੇਚ ਦੋਗੇ ਜਿਹੜੇ ਪੈਸੇ ਆਉਣਗੇ ਗਰੀਬਾਂ ਨੂੰ ਫਿਰ ਮਕਾਨ ਮਿਲਾ ਕੇ ਦੋਗੇ ਉਹ ਮੈਂ ਹਾਈ ਕੋਰਟ ਲੈ ਗਿਆ ਮਾਮਲਾ 2016 ਦਾ ਹਲੇ ਵੀ ਹ ਤੇ ਇੱਕ ਤਾਂ ਬਾਦਲ ਨੇ ਇਹ ਕਿਆ ਕਰਿਆ ਵੀ ਆਪਾਂ ਤਾਂ ਗਰੀਬਾਂ ਨੂੰ ਮਕਾਨ ਦੇਣ ਦੀ ਇਹ ਪਾਲਿਸੀ ਬਣਾ ਲਈ ਦੂਜਿਆਂ ਨੇ ਕਿਆ ਕਰਿਆ ਵੀ ਜਿਹੜੇ ਨਗਰ ਕੌਂਸਲ ਆ ਨਗਰ ਕੌਂਸਲ ਖਰੜ ਜੀ ਰਕਪੁਰ ਡੇਰਾ ਵਸੀ ਇੱਥੇ 5-5 ਕਿੱਲੇ ਵਾਲੇ 2-2 ਕਿੱਲੇ ਵਾਲੇ ਆ 100-100 ਕਰ ਵਾਲੇ ਬਿਲਡਰ ਐ ਇਹਨੇ ਗਰੀਬਾਂ ਦੇ ਹਿੱਸੇ ਸਾਰੇ ਵੇਚਤੇ ਇਹਨਾਂ ਕੋਲ ਇੱਕ ਵੀ ਫਲੈਟ ਕਿਸੇ ਨੂੰ ਦੇਣ ਨੂੰ ਹੈ ਨਹੀਂ ਨਾ ਇਹਨਾਂ ਕੋਲ ਜ਼ਮੀਨ ਹੈ ਉਹਨਾਂ ਨੂੰ ਬਚਾਉਣ ਵਾਸਤੇ ਪਾਲਿਸੀ ਬਣਾਈ ਫਿਰ ਬਾਦਲ ਨੇ ਉਹ ਉਹ ਮਾਮਲਾ ਹਾਲੇ ਵੀ ਹਾਈ ਕੋਰਟ ਚੱਲਦਾ ਉਸ ਮਾਮਲੇ ਸਾਨੂੰ ਧਮਕੀਆਂ ਵੀ ਆਈਆਂ ਝੁੱਠੇ ਪਰਚੇ ਵੀ ਦਰਜ ਹੋਏ ਮਾਰਨ ਦੀ ਵੀ ਕੋਸ਼ਿਸ਼ ਕਰੀ ਇੱਕ ਦੋ ਵਾਰੀ ਹ ਪਰ ਉਹ ਸਾਡੀ ਕੋ ਰਿਪੋਰਟੇਸ਼ਨ ਨਹੀਂ ਬਣ ਗਈ ਬੰਦਾ ਵੀ ਹਨਾ ਮਰਨ ਤੋਂ ਡਰਦਾ ਨਹੀਂ ਵਿਕਣਾ ਨੇ ਹੈ ਨਹੀਂ ਇਸ ਕਰਕੇ ਫਿਰ ਐਡੇ ਦੇ ਮਾਮਲੇ ਸਾਡੇ ਕੋਲ ਪਹੁੰਚਦੇ ਆ ਇੱਕ ਉਥੇ ਵੀ ਮਾਮਲੇ ਪਰ ਹੋਰ ਇੱਕ ਚਾਨਣਾ ਪਾਇਆ ਤਾਂ ਇੱਕ ਦਿਨ ਉਹ ਆਈਐਸ ਜਿਹੜੇ ਇਕੱਠੇ ਹੋ ਗਏ ਉਹ ਮੁੱਦਾ ਕਿਹਾ ਉਹ ਮਾਮਲਾ ਮੈਂ ਇਹ ਪਾਇਆ ਜੀ ਕਿ ਬਿੱਲੀਆਂ ਦੇ ਲੜਾਈ ਚ ਬਾਂਦਰਾਂ ਦੀ ਸਰਦਾਰੀ ਵੀ ਕਾਂਗਰਸ ਆ ਗਈ ਤੇ ਉਹਨੇ ਅਕਾਲੀ ਅੰਦਰ ਕਰਤੇ ਅਕਾਲੀ ਆ ਕੇ ਕਾਂਗਰਸ ਅੰਦਰ ਕਰਤੇ ਅੰਦਰ ਉਹ ਨਹੀਂ ਸਮਝਾਉਂਦਾ ਹੈ ਵੀ ਆਪਾਂ ਡਰਾਮਾ ਜਿਹਾ ਕਰਨਾ ਲੋਕਾਂ ਨੂੰ ਬੁੱਧੂ ਬਣਾਉਣਾ ਤੇ ਜੇਲ੍ਹ ਕਿਸੇ ਨੂੰ ਪੱਕਾ ਭੇਜਣਾ ਨਾ ਰਕਵਰੀ ਹੋਣੀ ਉਹ ਬਿੱਲੀਆਂ ਹੈ ਬੀਕ ਨੂੰ ਜਨਾਬ ਰਾਜਨੀਤੀ 'ਚ ਕਾਬਜ ਹੋਣ ਵਾਲਾ ਤੇ ਲੜਦੀਆਂ ਬਾਂਦਰ ਕੌਣ ਹੈ ਬਾਂਦਰ ਹੈਗੇ ਆਈਐਸ ਅਫਸਰ ਪੰਜਾਬ ਦੇ ਅੱਛਾ ਉਹ ਅਸਲੀ ਵੀ ਅਸਲੀ ਬਾਂਦਰ ਠੀਕ ਆ ਕਿਸੇ ਨੇ ਘੱਟ ਕਮਾਇਆ ਕਿਸੇ ਨੇ ਵੱਧ ਕਮਾਇਆ ਜਿਨਨੇ ਆਈਐਸ ਅਫਸਰ ਹੈ ਐਨ ਦੀ ਜਿੰਨੀ ਕੀ ਤਨਖਾਹ ਹੈ ਜਿਹੜੀ ਇਹ 30 ਸਾਲ 40 ਸਾਲ ਨੌਕਰੀ ਕਰਦੇ ਆ ਉਹ ਤਨਖਾਹ ਦਾ ਹਿਸਾਬ ਤਾਂ ਬੁਲਾ ਲਓ ਐਨ ਦਾ 3 ਕਰੋੜ ਤੋਂ 5 ਕਰੋੜ ਤਨਖਾਹ ਬਣਦੀ ਹੈ ਇੱਕ ਅੱਧਾ ਅਫਸਰ ਲੱਭ ਕੇ ਦਿਖਾਓ ਆਈਐਸ ਅਫਸਰ ਪੰਜਾਬ ਦੇ ਵਿੱਚ ਜਿਹੜਾ ਰਿਹਾ ਹੋਵੇ ਜਦੀ ਆਮਦਨ ਦੇ ਮੁਤਾਬਕ 4 ਕਰੋੜ ਤੋਂ ਘੱਟ ਪ੍ਰਾਪਰਟੀ ਹੋਵੇ ਕਈ ਜਹੇ ਹੈ ਜਿਨ੍ਹਾਂ ਕੋਲ ਸੈਂਕੜੇ ਕਰੋੜ ਜਾਂ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਹੋ ਸਕਦੀ ਹੈ ਤੇ ਉਹਨੂੰ ਫਰਕ ਨਹੀਂ ਪੈਂਦਾ ਵੀ ਆਮ ਆਦਮੀ ਪਾਰਟੀ ਆ ਗਈ ਹੈ ਕੋਈ ਆ ਗਿਆ ਕਿ ਅਕਾਲੀ ਆ ਗਏ ਜਾਂ ਕਾਂਗਰਸ ਆ ਗਈ ਉਹ ਐਮ ਡੀ ਬਣੇ ਹੋਏ ਹਨ ਮੰਨ ਲਓ ਜਿਹੜਾ ਮੈਂ ਮਾਮਲਾ ਚੱਕਿਆ ਇੱਕ ਹੋਰ ਵੱਡਾ ਸਕੈਮ ਹੈ ਜਿਹੜਾ 50000 ਕਰੋੜ ਤੋਂ 1 ਲੱਖ ਕਰੋੜ ਦਾ ਉਹ ਮੈਂ 90 ਦੇ ਰੱਖ ਕੇ ਦੱਸਣ ਲੱਗਾ ਕਿਆ ਹੋਇਆ ਸਰਕਾਰਾਂ ਨੇ ਸਕੀਮ ਬਣਾ ਲਈ ਵੀ ਪੰਜਾਬ ਪਾਕਿਸਤਾਨ ਦੇ ਡਰੇ ਆ ਪੰਜਾਬ ਦੇ ਵਿੱਚ ਲੋਕ ਆਤਕਵਾਦ ਵਾਲੇ ਆ ਖਾਲਸਾ ਦੀ ਮੂਵਮੈਂਟ ਵਾਲੇ ਜਾਣੇ ਆ ਇਹਨਾਂ ਲੋਕਾਂ ਨੂੰ ਰੋਜ਼ਗਾਰ ਦੇ ਦੋ ਰੋਜ਼ਗਾਰ ਦੇਣ ਵਾਸਤੇ ਇਹਦੇ ਫੈਕਟਰੀਆਂ ਲਾ ਦਿਓ ਫੈਕਟਰੀਆਂ ਜ਼ਮੀਨਾਂ ਦੇ ਲਈਆਂ ਕਿਸਾਨਾਂ ਤੋਂ ਸਸਤੇ ਰੇਟ ਤੇ ਜਾਂ ਘੱਟ ਰੇਟ ਤੇ ਕੋਈ ਵੀ ਸਕੀਮ ਬਣਾਈ ਸਰਕਾਰ ਨੇ ਤਾਂ ਸਾਰੇ ਪੰਜਾਬ ਦੇ ਸ਼ਹਿਰਾਂ 'ਚ ਫੋਕਲ ਪੁਆਇੰਟ ਕੱਢ ਦਿੱਤੇ ਜਿੱਦਾ ਫੋਕਲ ਪੁਆਇੰਟ ਮੋਹਾਲੀ ਆ ਜਿੱਥੇ ਇੰਡਸਟਰੀ ਇੰਡਸਟਰੀ ਏਰੀਆ ਹੈਗਾ ਜਾਂ ਫੋਕਲ ਪੁਆਇੰਟ ਚਨਾਲੋ ਆ ਜਾਂ ਫੋਕਲ ਪੁਆਇੰਟ ਅੰਮ੍ਰਿਤਸਰ ਆਇਆ ਜਾਂ ਜਲੰਧਰ ਆਇਆ ਜਾਂ ਲੁਧਿਆਣੇ ਆ ਉੱਥੇ ਇਨਵੈਸਟਰ ਨੂੰ ਬੁਲਾਇਆ ਗਿਆ ਫੈਕਟਰੀ ਲਗਾਓ ਤੇ ਲੋਕਾਂ ਨੂੰ ਰੁਜ਼ਗਾਰ ਦਿਓ ਤੇ ਹੁਣ ਉਦਾਹਰਨ ਮੈਂ ਦੱਸਣਾ ਮੰਨ ਲਓ ਮੋ ਹੌਲੀ ਦੇ ਵਿੱਚ 500 ਪਲਾਟ ਹੈ 500 ਪਲਾਟ ਦੇ ਵਿੱਚ 400 ਪਲਾਟ ਵੇਚ ਗਏ ਚਾਹੇ ਕਿਸੇ ਨੂੰ 1 ਰੁਪਏ ਦੇ ਤਾ ਚਾਹੇ ਕਿਸੇ ਨੂੰ 100 ਰੁਪਏ ਦੇ ਤਾ ਚਾਹੇ ਪੂਰੀ ਕੀਮਤ ਲੈ ਲਈ ਜਿਹੜੇ 100 ਪਲਾਟ ਹੈ 90 ਤੋਂ ਲੈ ਕੇ ਅੱਜ ਤੱਕ ਉਹ 100 ਪਲਾਟ ਮੰਨ ਲਓ ਬਿਨਾਂ ਵੇਚੇ ਰਹਿ ਗਏ ਬਾਦਲ ਮੁੱਖ ਮੰਤਰੀ ਸੀ ਉਹਨੂੰ ਨਹੀਂ ਪਤਾ ਲੱਗਿਆ ਬਾਅਦ ਚ ਕਾਂਗਰਸ ਆ ਗਈ ਕੈਪਟਨ ਰਵਿੰਦਰ ਆ ਗਿਆ ਕੈਪਟਨ ਰਵਿੰਦਰ 5 ਸਾਲ ਵਾਸਤੇ ਰਹਿ ਫਿਰ ਆਵਾਦਵੀ ਪਾਰਟੀ ਆ ਗਈ ਸਰਕਾਰਾਂ ਨੂੰ ਤੇ ਮੰਤਰੀਆਂ ਨੂੰ ਪਤਾ ਨਹੀਂ ਹੁੰਦਾ ਜਿਹੜਾ ਜੀਐਮਏ ਪੰਜਾਬ ਰਾਜ ਲਗੋ ਉਦਯੋਗ ਤੇ ਨਿਰਯਾਤ ਨਿਗਮ ਉਹ ਜੀਐਮ ਦਾ ਬਾਪੂ ਪੱਤਰਕਾਰ ਜੀਐਮ ਦਾ ਨਾਮ ਮੈਂ ਨਾਮ ਭੁੱਲ ਗਿਆ ਐਸਪੀ ਸਿੰਘ ਹੈ ਉਹਦਾ ਨਾਮ ਅੱਜਕੱਲ ਜੇਲ੍ਹ 'ਚ ਬੈਠਾ ਉਹਦਾ ਬਾਪੂ ਐਨਐਸ ਪ੍ਰਵਾਨਾ ਉਹ ਬਹੁਤ ਮਸ਼ਹੂਰ ਪੱਤਰਕਾਰ ਬਹੁਤ ਮਸ਼ਹੂਰ ਪੱਤਰਕਾਰ ਉਹਦੀ ਵਿਧਾਨ ਸਭਾ 'ਚ ਪਹੁੰਚ ਉਹ ਹਰੇਕ ਮੁੱਖ ਮੰਤਰੀ ਨਾਲ ਦੋਸਤੀ ਪਾ ਲੈਂਦਾ ਦੋਸਤੀ ਪਾਣ ਨਾਲ ਗਿਆ 25 ਸਾਲ 30 ਸਾਲ ਉਹਦਾ ਮੁੰਡਾ ਪ੍ਰਵਾਨੇ ਦਾ ਮੁੰਡਾ ਜੀਐਮ ਬਣਿਆ ਰਿਹਾ ਤੇ ਨਾਲ ਕਦੇ ਆਈਐਸ ਅਫਸਰ ਬਣ ਗਿਆ ਐਮਡੀ ਰਾਹੁਲ ਭਨਾਰੀ ਆਈਐਸ ਅਫਸਰ ਐਮਡੀ ਬਣ ਗਿਆ ਕਦੇ ਬਣ ਗਿਆ ਰਜਤ ਅਗਰਵਾਲ ਆਈਐਸ ਅਫਸਰ ਕਦੇ ਬਣ ਗਈ ਨੀਲੀਮਾ ਆਈਐਸ ਅਫਸਰ ਹੁਣ ਠੱਗੀ ਚੱਲਦੀ ਰਹੀ ਰਾਹੁਲ ਨੂੰ ਵੀ ਪਤਾ ਨੀਲੀਮਾ ਨੂੰ ਵੀ ਪਤਾ ਤੇ ਰਜਤ ਅਗਰਵਾਲ ਨੂੰ ਵੀ ਪਤਾ ਵੀ ਆ ਠੱਗੀ ਹੈ ਤਾਂ ਇਹਨ ਸਾਰੇ ਨੇ ਮਿਲ ਮਲਾ ਕੇ ਇਹ ਸੋਚ ਲਏ ਜਿਹੜੇ ਮੋਹਾਲੀ ਚ 100 ਪਲਾਟ ਪਾਏ ਇਹਨੂੰ ਵੇਚਣਾ ਕਿਵੇਂ ਹੈ ਜਿਹੜੇ ਬਿਨਾਂ ਵੇਚੇ ਰਹਿ ਗਏ ਉਹ ਫੈਲਾ ਇਹਨਾਂ ਕੋਲ ਪਈਆਂ ਐਨ 20 30 ਸਾਲ ਚ ਕਿਆ ਕਰਿਆ ਜਿਹੜਾ ਜੀਐਮਏ ਪੀਐਸਆਈਸੀ ਦਾ ਪੰਜਾਬ ਰਾਜ ਲਘੂ ਦੇ ਉਤਪਾਦ ਨਿਰਯਾਤ ਨਿਗਮ ਉਹਨੇ ਮੰਨ ਲਉ ਮਨਜੀਤ ਲੱਭਿਆ ਕਿ ਮਨਜੀਤ ਦੀ ਮੋਹਲ ਵਿੱਚ ਕੋਈ ਫੈਕਟਰੀ ਹੈ ਮਨਜੀਤ ਨੂੰ ਝੁੱਠਾ ਮੁੱਠਾ ਕੋਈ ਜੁਰਮਾਨਾ ਕਰਦਾ ਨੁਕਸ ਕਰਦਾ ਫੈਕਟਰੀ ਚ ਮਨਜੀਤ ਨੂੰ ਭੇਜੇ ਨੋਟਿਸ ਮਨਜੀਤ ਡਰ ਗਿਆ ਯਾਰ ਮੇਰੀ ਫੈਕਟਰੀ ਚੱਲਣ ਤੋਂ ਬਾਈ ਰਹਿਣ ਦੇ ਕੰਨ ਬੰਦ ਕਰਨ ਲੱਗੇ ਤਾਂ ਤੈਨੂੰ ਕਰਦਾ 2 ਲੱਖ ਰੁਪਏ ਜੁਰਮਾਨਾ ਨਾਲ ਇੱਕ ਅੱਧਾ ਲੱਖ ਰੁਪਏ ਰਿਸ਼ਵਤ ਲੈ ਲਈ ਹੁਣ ਜਦੋਂ ਮਨਜੀਤ ਨੇ 2 ਲੱਖ ਰੁਪਏ ਜੁਰਮਾਨੇ ਦਾ ਡਿਮਾਂਡ ਡਰਾਫਟ ਦਿੱਤਾ ਪੀਐਸਆਈਸੀ ਨੂੰ ਤਾ ਪੇਪਰਾਂ 'ਚ ਮਨਜੀਤ ਨੂੰ ਫੇਕ ਅਲਾਟਮੈਂਟ ਕਰਕੇ ਕਿਸੇ ਪਲਾਟ ਦਾ ਮਾਲਕ ਬਣਾਤਾ। ਅੱਛਾ। ਮਨਜੀਤ ਨੂੰ ਪਤਾ ਨਹੀਂ ਮੈਂ ਫੈਕਟਰੀ ਦੇ ਮਾਲਕ ਆ। ਤੇ ਮਨਜੀਤ ਨੂੰ ਮਾਲਕ ਬਣਾਤਾ। ਮਨਜੀਤ ਤੇ ਹੋਰ ਪੇਪਰਾਂ 'ਤੇ ਸਾਈਨ ਕਰਾ ਲੇ। ਹੁਣ ਜਦ ਰੇਟ ਵਧੇ ਐ 15 ਸਾਲ ਪਹਿਲਾਂ 10 ਸਾਲ ਪਹਿਲਾਂ ਜਾਂ ਅੱਜ ਦੇ ਰੇਟ ਉਹ ਪਲਾਟ ਉਹਦਾ 1 ਕਰੋੜ ਦਾ ਅੱਜ ਹੋ ਕੇ 100 ਕਰੋੜ ਦਾ। ਤਾਂ ਮਨਜੀਤ ਨੂੰ ਝਾਲੀ ਮਾਲਕ ਬਣਾ ਕੇ ਮਨਜੀਤ ਤੋਂ ਹੀ ਪਲਾਟ ਵਕਾਦਾ। ਮਨਜੀਤ ਨੇ ਨਾ ਖਰੀਦਿਆ ਨਾ ਪਤਾ ਇਹਦੇ ਦਾ ਮਾਲਕ ਆ ਨਾ ਇਹਦੇ ਕੋਲ ਪੈਸੇ ਆਏ। ਉਹਨੂੰ ਪਤਾ ਹੀ ਨਹੀਂ ਐਤਾਂ ਉਹ ਪਤਾ ਨਹੀਂ। ਏਡੀ ਬੜੀ ਠੱਗੀ। ਐਡੀ ਬੜੀ ਠ ਤੇ ਪੈਸੇ ਆਪ ਅੱਜ ਵੰਡ ਲਏ ਹੁਣ ਪੈਸੇ 100 ਕਰੋੜ ਦਾ ਵਿੱਚ ਅੱਜ ਪਰ ਉਹ 10 ਸਾਲ ਪਹਿਲਾਂ ਵੇਚਿਆ ਤਾਂ ਮਨਜੀਤ ਰੋਂ 10 ਸਾਲ ਪਹਿਲਾਂ ਖਾਤੇ ਚ ਗਏ ਹੋਣੇ ਪੈਸੇ ਤਾਂ ਮਨਜੀਤ ਦਾ ਬੈਂਕ ਖਾਤਾ ਵੀ ਲੱਗਿਆ ਹੋਣਾ ਆਧਾਰ ਕਾਰਡ ਵੀ ਲੱਗਿਆ ਹੋਣਾ ਜਾਂ ਇਨਕਮ ਟੈਕਸ ਦਾ ਪੈਨ ਨੰਬਰ ਵੀ ਲੱਗਿਆ ਹੋਣਾ ਕੇਵਾਈਸੀ ਕਹਿੰਦੇ ਨੇ ਉਹ ਵੀ ਲੱਗਿਆ ਹੋਣਾ ਹੁਣ ਉਹ ਪਤਾ ਨਾ ਲੱਗੇ ਲਾਇਕ ਨਹੀਂ ਲਾਇਆ ਇਹਨੇ ਰਿਕਾਰਡ ਗੈਪ ਕਰਤਾ ਕੀ ਬਾਤ ਹੈ ਸਾਰਾ ਸਾਰਾ 500 ਪਲਾਟਰ ਦਾ ਦੇ 500 پلاٹ ਉਹਦਾ ریکارڈ ਗਾਇਬ ریکارڈ ਗਾਇਬ ਹੁਣ ਹੋਇਆ ਕਿਆ ਰੌਲਾ ਪੈ ਗਿਆ 2018 ਚ ਵਿਜੀਲੈਂਸ ਨੇ ਜਾਂਚ ਕਰ ਲਈ ਇਹਦੀ ਵਿਜੀਲੈਂਸ ਜਾਂਚ ਨੰਬਰ 3 ਇੱਥੇ ਵੀ ਠੱਗੀ ਨਵੀਂ ਸ਼ੁਰੂ ਹੋ ਗਈ ਵਿਜੀਲੈਂਸ ਜਾਂਚ ਨੰਬਰ 3 ਚ ਕਈ ਅਫਸਰਾਂ ਦੇ ਸਰਕਾਰੀ ਦੇ ਨਾਮ ਲਿਖਤੇ ਐਨਐਸਪਰਵਾਨੇ ਦੇ ਮੁੰਡੇ ਦਾ ਵੀ ਤੇ ਹੋਰਾਂ ਦਾ ਵੀ ਉਹ ਅਫਸਰਾਂ ਦੇ ਨਾਮ ਆ ਗਏ ਪਲਾਟਾਂ ਦੇ ਨੰਬਰ ਆ ਗਏ ਨਾਲ ਠੱਗੀ ਦੇ ਤਾਰਾ ਲਿਖਦੇ ਵੀ ਠੱਗੀ ਦੇ ਤਾਰਾ ABC ਜਿਹਦੇ 400 ਵੀ 120 ਵੀ 467 ਪਤਾ ਨਹੀਂ ਕਿੰਨੀਆਂ ਤਾਰਾਂ ਵੀ ਇਹਨਾਂ ਨਾ ਬੰਦੇ ਦੇ ਠੱਗੀ ਦਾ ਪਰਚਾ ਦਾਜ ਕਰੋ ਤੇ ਜਦੋਂ ਹਲੇ ਇਨਕੁਆਰੀ ਚੱਲਦੀ ਤੇ ਤਾਂ ਪੀਐਸਆਈ ਸੀ ਨੇ ਚਿੱਠੀ ਭੇਜ ਦਿੱਤੀ ਕਿ ਜਿਹੜਾ ਰਿਕਾਰਡ ਤੁਸੀਂ ਮੰਗਦੇ ਹੋ ਵਿਜੀਲੈਂਸ ਵਾਲਿਓ ਆ ਰਿਕਾਰਡ ਤਾਂ ਸਿਉਂ ਖਾ ਗਿਆ ਅਸੀਂ ਦੱਸ ਨਹੀਂ ਸਕਦੇ ਸਿਉਂ ਖਾ ਗਿਆ ਹੀ ਨਹੀਂ ਵੀ ਇਹਦਾ ਮਾਲਕ ਕੌਣ ਦਾ ਕੱਲ ਵੇਚਿਆ ਕਿੰਨੇ ਦਾ ਵੇਚਿਆ ਸਾਨੂੰ ਪਤਾ ਹੀ ਨਹੀਂ ਕੀ ਬਾਤ ਹੈ ਪਰ ਉਹਦੇ ਚ ਕੁਝ ਰਿਕਾਰਡ ਆਪਣੇ ਕੋਲ ਆ ਗਿਆ ਅੱਛਾ ਅਸੀਂ ਰੌਲਾ ਪਾਤਾ ਵੀ ਪਾਇ ਸਿਉਂ ਕੋਲ ਇਹ ਜਿਹੜੀ ਚੌਲਾ ਜਿੰਨੀ ਹੁੰਦੀ ਹੈ ਕੁਦਰਤੀ ਸਿਉਂਕ ਆ ਆ ਸਿਉਂਕ ਤਾਂ ਰਾਹੁਲ ਪਣਾਰੀ ਆ ਆਈਐਸ ਅਫਸਰ ਆ ਐ ਦੇਖੋ ਆਈਐਸ ਦੀ ਡਿਗਰੀ ਹੈ ਤੇ ਆ ਤਨਖਾਹ ਹੁੰਦਾ 10 ਲੱਖ ਰੁਪਏ ਇੱਥੇ ਬੈਠਿਆ ਆ ਸਿਉਂਖ ਤਾਂ ਜੀਐਮਪੀਐਸਆਈ ਸੀ ਹੈ ਹੁਣ ਅਗਲਾ ਕਹਿੰਦਾ ਵੀ ਤੇਰੇ ਕੋਲ ਐਸੇ ਸਬੂਤ ਹੈ ਮੈਂ 4-5 ਪੇਪਰ ਲੈ ਆ ਤੇ ਰੱਖਦੇ ਵੀ ਜੇ 5 ਸਾਲ ਪਹਿਲਾਂ ਰਿਕਾਰਡ ਸਿਉਂਖ ਆ ਗਈ 7 ਸਾਲ ਪਹਿਲਾਂ ਖਾ ਗਈ 3 ਮਹੀਨੇ ਪਹਿਲਾਂ 10 ਕਰੋੜ ਦਾ ਕਿੱਦਾਂ ਵਗ ਗਿਆ ਵੀ ਪਲਾਟ ਆ 1 ਕਰੋੜ ਦਾ ਕਿੱਦਾਂ ਵੇਗਾ ਚੱਕੋ ਤੇ ਮੈਂ ਤਾਂ ਕਿਹਾ ਵੀ ਬਿੱਲੀਆਂ ਦੇ ਲਈ ਬਾਂਦਰਾ ਦੀ ਸਰਦਾਰੀ ਰਾਜਨੀਤੀ ਚੰਗਾਨ ਵਾਸਤੇ ਕਦੇ ਕਿਸੇ ਨੂੰ ਅੰਦਰ ਕਰਦਾ ਕਦੇ ਕਿਸੇ ਨੂੰ ਅੰਦਰ ਕਰਦਾ ਕਦੇ ਕਿਸੇ ਨੂੰ ਅੰਦਰ ਕਰਦਾ ਇੱਕੋ ਥਾਂ ਨੇ ਉਹ ਵੀ ਦੱਸਿਆਦਾ ਵੀ ਓਆਈਐਸ ਇਕੱਠੇ ਹੋ ਗਏ ਉਹਨਾਂ ਨੇ ਰੋਕ ਦੀ ਜਾਂਚ ਹੁਣ ਹੋਇਆ ਕਿਆ ਆ ਹਲੇ ਰੌਲਾ ਪੈ ਰਿਹਾ ਤਾ ਉਹ ਜਿਹੜੀ ਇਨਕੁਆਰੀ ਨੰਬਰ 3 ਹੈ ਉਹ ਤੇ ਹਲੇ ਤੱਕ ਪਰਚਾ ਨਹੀਂ ਕਰਿਆ ਨਾ ਪਿਛਲੀ ਸਰਕਾਰ ਨੇ ਨਾ ਮੌਜੂਦਾ ਸਰਕਾਰ ਨੇ ਪਰਚਾ ਨਹੀਂ ਹਲੇ ਤੱਕ ਹੋਇਆ ਉਹ ਠੱਗੀ ਕਈ ਹਜ਼ਾਰ ਕਰੋੜ ਦੀ ਹੈ ਫਿਰ ਦੁਬਾਰੇ ਉਹਨਾਂ ਦੇ ਨਿਜਾਮ ਆਦਮੀ ਪਾਰਟੀ ਨੇ ਬੜਾ ਰੌਲਾ ਪਾਇਆ 2021 ਦੇ ਵਿੱਚ ਅੱਜ ਕੱਲ ਜਿਹੜੇ ਵਿੱਤ ਮੰਤਰੀ ਹੈ ਹਰਪਾਲ ਚਿਮਮਾ ਇਹਨਾਂ ਨੇ ਲੀਗਲ ਨੋਟਰੀ ਭੇਜਿਆ ਕੈਪਟਨ ਮਨਿੰਦਰ ਨੂੰ ਵੀ ਆ ਠੱਗੀ ਜਿਹੜੀ ਪੀਐਸ ਅਜੀ ਦੋਈ ਅੱਜ ਪਰਚਾ ਦਾਜ ਕਰ ਨਹੀਂ ਤੇਰੇ ਖਿਲਾਫ ਅਸੀਂ ਸੀਬੀਆਈ ਇਨਕੁਆਰੀ ਕਰਾਂਗੇ ਜਿਹੜੇ ਅੱਜ ਕੱਲ ਬ੍ਰਹਮਸ਼ੰਕਰ ਜਿੰਪਾ ਮੰਤਰੀ ਐ ਰੈਵਨਿਊ ਮਿਨਿਸਟਰ ਐ ਇਹਨੇ ਵੀ ਹਜ਼ਾਰਾਂ ਲੋਕਾਂ ਦਾ ਇਕੱਠ ਕਰਕੇ ਜਿਹੜੇ ਉਦੋਂ ਸ਼ਾਮਸ਼ੰਦਰ ਰੋੜਾ ਉਦਯੋਗ ਮੰਤਰੀ ਉਹਦੇ ਕਰਾਉ ਕੀਤਾ ਤਾਂ ਬਿਜ਼ਨਸ ਨੇ ਡਰਦੀ ਨਹੀਂ ਫੇਰ ਇਨਕੁਆਰੀ ਸ਼ੁਰੂ ਕਰ ਦਿੱਤੀ ਇਨਕੁਆਰੀ ਨੰਬਰ 4 ਹੋ ਗਈ ਇਨਕੁਆਰੀ ਨੰਬਰ 4 ਤੇ 3 ਨੰਬਰ ਇਨਕੁਆਰੀ ਠੱਪ ਕੇ ਵੀ ਕੀਤੀ ਜਦੋਂ ਇਹਨਾਂ ਨੇ ਰਿਪੋਰਟਾਂ ਬਣਾ ਕੇ ਉੱਪਰ ਭੇਜੀਆਂ ਵੀ ਇਹਨਾਂ ਨੇ ਅਫਸਰਾਂ ਤੇ ਇਹਨਾਂ ਪਲਾਟਾਂ ਦੇ ਠੱਗੀ ਦੇ ਖਿਲਾਫ ਪਰਚਾ ਦਾਜ ਹੋਣਾ ਇਹਦੀ ਪਰਮਿਸ਼ਨ ਦਿਓ ਤਾਂ ਇੱਕ ਨਵੀਂ ਠੱਗੀ ਘਰਤੀ 2018 ਚ ਰਾਹੁਲ ਪੁਨਾਰੀ ਆਈਐਸ ਅਫਸਰ ਨੀਲੀਮਾ ਆਈਐਸ ਅਫਸਰ ਤੇ ਰਜਤ ਅਗਰਵਾਲ ਆਈਐਸ ਅਫਸਰ ਨੇ ਇੱਕ 3 ਮੈਂਬਰੀ ਕਮੇਟੀ ਬਣਾਈ ਔਰ ਵਿਜੀਲੈਂਸ ਨੂੰ ਚਿੱਠੀ ਲਿਖਤੀ ਵੀ ਇਹ ਕਮੇਟੀ ਬਣਾਈ ਹੈ ਸਾਨੂੰ ਕੈਪਟਨ ਮਨਿੰਦਰ ਨੇ ਕਿਹਾ ਚਿੱਠੀ ਲਿਖ ਕੇ ਤੁਸੀਂ ਕਾਬਲ ਨਹੀਂ ਤੁਸੀਂ ਇਨਕੁਆਇਰੀ ਕਰਨ ਨੂੰ ਰਹਿਣ ਦੋ ਸੇ ਆਪਣੀ ਇਨਕੁਆਇਰੀ ਆਪੇ ਕਰੋਗੇ ਹੁਣ ਮੈਂ ਕਹਦੇ ਚੋਰ ਤੁਸੀਂ ਠੱਗ ਤੁਸੀਂ ਤੁਸੀਂ ਕਹਿੰਦੇ ਮੈਂ ਆਪਣੀ ਇਨਕੁਆਇਰੀ ਆਪੇ ਕਰੂੰ ਤੇ ਆਪੇ ਇਨਕੁਆਇਰੀ ਕਰਕੇ ਉਹ ਬੰਦ ਇਨਕੁਆਇਰੀ ਬੰਦ ਕਰਾਦੀ ਵਿਜੀਲੈਂਸ ਦੀ ਇਨਕੁਆਇਰੀ ਨੰਬਰ 3 ਵੀ ਤੇ ਇਨਕੁਆਇਰੀ ਨੰਬਰ ਚਾਦਵੀ ਹੁਣ ਮਜ਼ੇਦਾਰ ਗ ਉਹ ਚਿੱਠੀ ਕੈਪਟਨ ਰਮਿੰਦਰ ਨੇ ਲਿਖੀ ਨਹੀਂ ਕਿ ਕੋਲ ਉਹਨਾਂ ਦੇ ਨਾਲ ਚੋਣ ਜਾਬਤਾ ਲੱਗਿਆ ਹੋਇਆ ਮੈਂ ਤੇ ਮੇਰੀ ਟੀਮ ਨੇ ਕਿਹਾ ਚਿੱਠੀ ਲਿਆ ਕੈਪਟਨ ਰਮਿੰਦਰ ਦੇ ਕਿੱਥੇ ਆਹ ਹਾਈ ਕੋਰਟ ਕੇਸ ਪਾਤਾ ਵੀ ਲਿਆ ਉਹ ਚਿੱਠੀ ਕਿੱਥੇ ਆ ਚਿੱਠੀ ਹੈ ਨਹੀਂ ਜਦ ਨਵੀਂ ਸਰਕਾਰ ਆਈ ਵਿਧਾਨ ਸਭਾ ਦੇ ਬਾਹਰ ਪਹੁੰਚ ਗਏ ਮੈਂ 28 ਜੂਨ ਨੂੰ ਆਪਣੀ ਟੀਮ ਲੈ ਕੇ ਵੀ ਭਗਵਾਨ ਤਮਾ ਦਾ ਚੋਰ ਰਾਹੁਲ ਬਣਾ ਰਹੀ ਆ ਨੀਲੀਮਾ ਰਜੇ ਦਾ ਅਗਰਵਾਲਾ ਇੱਥੇ ਬੈਠੇ ਤੇ ਦਫਤਰ ਚ ਆ ਪੀਐਸਆਈ ਸੀ ਦਾ ਜਿਹੜਾ ਪੱਤਰਕਾਰ ਪਰਵਾਨੇ ਦਾ ਮੁੰਡਾ ਐਸਪੀ ਸਿੰਘ ਰਿਟਾਇਰਮੈਂਟ ਤੋਂ ਫੇਰ ਠੇਕੇ ਤੇ ਰੱਖਿਆ ਪੁਰਾਣੀ ਸਰਕਾਰ ਨੇ ਤੁਸੀਂ ਇਹਨਾਂ ਤ ਉਹ ਰੌਲਾਪਾਂ ਦਾ ਹੰਗਾਮਾ ਹੋਣ ਨਾਲ ਬਦਨਾਮੀ ਜ਼ਿਆਦਾ ਹੋਈ ਡਿਪਾਰਟਮੈਂਟ ਦੀ ਸਰਕਾਰ ਤਾਂ ਨਵੀਂ ਦੀ ਸਰਕਾਰ ਨੂੰ ਕੁਝ ਨਹੀਂ ਪਤਾ ਦਾ ਤੇ ਹੋਇਆ ਕਿਆ ਫਿਰ ਉਹ ਪਰਚਾ ਦਾਜ ਕਰਨ ਦੀ ਸਕੀਮਾਂ ਲੱਭਣ ਲੱਗ ਗਏ ਹੁਣ ਪਰਚਾ ਦਾਜ ਕਰਨ ਆਈਐਸ ਅਫਸਰਾਂ ਖਿਲਾਫ ਜੇ ਪਰਚਾ ਦਾਜ ਕਰਨਾ ਤਾਂ ਐਨ ਧਾਰਾ 17A ਬਣਾ ਲਈ ਇਹਦੇ ਬਾਰੇ ਪਰਮਿਸ਼ਨ ਲੈਣੀ ਪੈਂਦੀ ਹੈ ਇਹਦੇ ਬਾਰੇ ਪਰਮਿਸ਼ਨ ਦੇਣੀ ਕਿ ਨਾ ਚੋਰਾਂ ਨੇ ਆਪਣੇ ਆਪ ਨੂੰ ਹਨਾ ਇਹ ਸਾਰੇ ਮੰਤਰੀਆਂ ਦੇ ਕਰਪਸ਼ਨ ਜਾਣਦੇ ਆ ਆਈਐਸ ਅਫਸਰ ਸਾਰੇ ਪੁਰਾਣੇ ਬੰਦੇ ਜਾਣਦੇ ਆ ਇਹਨਾਂ ਖਿਲਾਫ ਖੜੇ ਕਿਹੜਾ ਜੇ ਕੋ ਖੜ ਵੀ ਗਿਆ ਭਗਵਾਨ ਤਾਂ ਮਾਨ ਹਲੇ ਇਮਾਨਦਾਰ ਹੈ ਤਾਂ ਇਹ ਪਰਮਿਸ਼ਨ ਨਹੀਂ ਦਿੰਦੇ ਇਸ ਕਰਕੇ ਇਨਕੁਆਇਰੀ ਨੰਬਰ 3 ਤੇ ਇਨਕੁਆਇਰੀ ਨੰਬਰ 4 ਚ ਅੱਜ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਇਹ ਹਜ਼ਾਰਾਂ ਕਰੋੜ ਦੀ ਹੈ 500 ਪਲਾਟ ਮੈਂ ਕਹਿੰਨਾ ਨਾਜੇ ਨਾਲ 300 ਪਲਾਟਾਂ ਦਾ ਰਿਕਾਰਡ ਨੇ ਪੇਸ਼ ਕਰਤਾ ਵੀ ਸਿਉਂਖਾਗੇ ਸਿਉਂਖ ਨਹੀਂ ਖਾਈਓ ਰਿਕਾਰਡ ਆਪਾਂ ਕੁਝ ਦੇ ਵੀ ਦਿੱਤਾ ਅੱਗੇ ਵੀ ਨਿਕਲਾਊਗਾ ਜੇ ਇਨਕੁਆਇਰੀ ਦੇ ਵਿੱਚ ਪਰਚਾ ਹੋ ਗਿਆ ਪਰ ਖੈਰ ਖੜਾਣ ਦੇ ਪਰਚਾ ਦਰਜ ਕਰਨਾ ਪਿਆ ਸਰਕਾਰ ਨੂੰ ਹੁਣ ਪਰਚਾ ਕਿੱਥੇ ਦਰਜ ਹੋਇਆ ਕੋਰੋਨਾ ਕਾਲ 'ਚ ਰੌਲਾ ਪੈ ਗਿਆ ਕਿ ਮੋਹਾਲੀ ਦੀ ਇੱਕ ਫਲਿਪਸ ਨਾਮ ਦੀ ਕੰਪਨੀ ਹੈ ਆਨੰਦ ਏਅਰਬੋਰਡ ਨੇੜੇ 11 ਫੇਸ ਦੇ ਨਾਲ ਹੈ ਇੰਡਸਟਰੀਅਲ ਏਰੀਆ ਫੇਸ ਨੰਬਰ 9 ਦੇ ਵਿੱਚ ਹੈ 26 ਏਕੜ ਦੀ ਕੰਪਨੀ ਫਲਿੱਪਸ ਕੰਪਨੀ ਆਪ ਦਾ ਘਾਟੇ ਜੀ ਨਹੀਂ ਗਈ ਬਹੁਤ ਪ੍ਰੋਫਿਟ ਦੇ ਵਿੱਚ ਹੈ 1500 ਮਲਾਜਮ ਉੱਤੇ ਕੰਮ ਕਰਦੇ ਆ 750 ਪੱਕੀ ਤਨਖਾਹ ਲੈਣ ਜਿਹਨੂੰ ਪੱਕੀ ਨੌਕਰੀ ਕਹਿੰਦੇ ਸਰਕਾਰੀ 750 ਟੈਂਪਰੇਰੀ ਮਲਾਜਮ ਜਿਹੜੇ ਠੇਕੇ ਤੇ ਰੱਖੇ ਜਾਂਦੇ ਆ ਫਲਿੱਪਸ ਕੰਪਨੀ ਨੂੰ ਹੋਰ ਛੋਟੇ ਛੋਟੇ ਫੈਕਟਰੀਆਂ ਸਮਾਨ ਬਣਾ ਕੇ ਵੇਚਦੀਆਂ ਉੱਥੇ ਵੀ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਹੈ ਤਾਂ ਜਦੋਂ ਪ੍ਰਾਪਰਟੀ ਦਾ ਰੇਟ ਵਧਿਆ 2015 ਤੋਂ ਲੈ ਕੇ 18 ਤੱਕ ਸਕੀਮ ਬਣਾ ਲਈ ਵੀ ਆ ਫ ਡੱਬਣ ਵਾਸਤੇ ਪਹਿਲਾਂ ਫੈਕਟਰੀ ਘਾਟੇ ਜਾਵੇ ਕੱਟੇ ਜਾਣੀ ਨਹੀਂ ਫਿਰ ਉਹਨੂੰ ਸਿਕਿਉਰਿਟੀ ਹੰਡ ਕਰਨਾ ਵਾਣਾ ਸਿਕਿਉਰਿਟੀ ਤਾਂ ਹੋਗਾ ਜੇ ਮਲਾਜ਼ਮ 100 ਤੋਂ ਘਟਾ ਹੈ ਉਹ ਰੋੜਾ ਬਹੁਤ ਵਾਲੇ 1500 ਮਲਾਜ਼ਮ ਤਾਂ ਫਿਰ ਇਹਨਾਂ ਮੈਨੇਜਮੈਂਟ ਨੇ ਮਿਲ ਮਲਾ ਕੇ ਸਰਕਾਰ ਨਾਲ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਨਾਲ ਐਸਐਸਪੀ ਮੋਹਾਲੀ ਨਾਲ ਤੇ ਉਦਯੋਗ ਮੰਤਰੀ ਨਾਲ ਮਿਲ ਕੇ ਸਕੀਮ ਬਣਾਈ ਫੈਕਟਰੀ ਬੰਦ ਕਰਨੀ ਫਿਰ ਉਹ 750 ਮਲਾਜ਼ਮ ਇੱਕੇ ਝਟਕੇ ਨਾਲ ਕੱਢਦੇ ਜਿਹੜੇ 750 ਪੱਕੇ ਮਲਾਜ਼ਮ ਹੈ ਉਹ ਰੋੜਾ ਕੇ ਉਹਨਾਂ ਵੱਲੋਂ ਇੱਕ ਚਿੱਠੀ ਲਿਖੀ ਚਾਰ ਲੈਣਾਂ ਅੰਗਰੇਜ਼ੀ ਵਿੱਚ ਵੀ ਮੈਂ ਆਪਣੀ ਘਰੇਲੂ ਮਜੂਰੀਆਂ ਕਰਕੇ ਆਪਣੀ ਮਰਜ਼ੀ ਨਾਲ ਨੌਕਰੀ ਛੱਡ ਕੇ ਜਾ ਰਿਹਾ। ਚਿੱਠੀ ਲੈ ਕੇ ਰੱਖ ਲਈ 21 ਤਰ੍ਹਾਂ ਦੀ। ਪੇਪਰ ਰੱਖ ਲਿਆ ਵੀ ਲੈਵ ਸਾਈਨ ਕਰਾ। ਜਿਦਾ ਫਿਲਮਾਂ 'ਚ ਗੁੰਡਾ ਕਹਿੰਦਾ ਵੀ ਤੇਰੇ ਗੋਲੀ ਮਾਰ ਦੂੰਗਾ ਸਾਈਨ ਕਰ। ਹੁਣ ਬੰਦਾ ਕਹਿੰਦਾ ਯਾਰ ਮਜ਼ਦੂਰ ਆਦਮੀ ਮੇਰੀ 30000 ਤਨਖਾਹ ਛੱਡੋ ਜੀ ਛੱਡੋ ਪਰ ਮੈਂ ਕਰਦਾ ਸਾਈਨ ਦੱਸੋ ਕਿਨੇ। ਉਹ ਕਹਿੰਦਾ ਤੁਹਾਨੂੰ ਮਿਲਣੇ 2 ਲੱਖ। ਆਦਾਂ ਕਹਿੰਦਾ ਨਾ ਗੋਲੀ ਖਾਣੀ ਹੈ ਚੱਲ 2 ਲੱਖ ਲੈ ਲਓ। ਜਿਹੜਾ ਫੇਰ ਮੜ ਜਾੜਿਆ ਉਹਨੂੰ ਥਾਣੇ ਠੋਕਦਾ ਵੀ ਆਹ ਪੇਚ ਕਾ ਚੋਰੀ ਲੈ ਚੱਲਿਆ ਸਕੂਟਰ 'ਚੋਂ ਪ ਦੋ ਤਿੰਨ ਦਿਨ ਤੱਕ ਹੋ ਗਿਆ ਲੱਗਦਾ ਦੱਸੋ ਕਿ ਕਿੱਥੇ ਜਾਇਨ ਕਰਨਾ ਹੈ ਫਿਰ ਜਿਹੜਾ ਟਾਇਲ ਆ ਕੇ ਬਾਬੂ ਐ ਵਿਆਹ ਨਹੀਂ ਨੌਕਰੀ ਛੱਡਦਾ ਉਹਨੂੰ ਕਿਹਾ ਬਾਬੂ ਹੋਏਗਾ ਤੂੰ ਕੋਈ ਗੱਲ ਨਹੀਂ ਐਦਾਂ ਕਰ ਜਾਂ ਸਾਈਕਲ ਸਟੈਂਡ ਦੇ ਸਾਈਕਲ ਗਣ ਕਿਆ ਕਰਨੇ ਤੇਰੀ ਡਿਊਟੀ ਆਹੀ ਹੈ ਉਹ ਕਹਿੰਦਾ ਗਿਣਿਆ ਜੀ 531 ਸਾਈਕਲ ਆ ਮੰਨ ਲਓ ਜਾਂ ਸਾਰੇ ਚੱਕਿਆਂ ਦੀ ਤਾਰਾਂ ਗਿਣ ਕੇ ਆ ਕਹਿੰਦੇ ਆ ਫਿਰ ਐ ਗਣ ਕੇ ਆ ਵੀ 1 ਮਿੰਟ ਵਿੱਚ ਪੈਂਡਲ ਕਿੰਨੀ ਵਾਰੀ ਘੁੰਮਦਾ ਉਹ ਤੰਗ ਕਰਦਾ ਉਹਨੂੰ ਥ੍ਰੈਟ ਕਰਦਾ ਨਹੀਂ ਤਾਂ ਕੱਲ ਨੂੰ ਫੇਰ ਐਦਾਂ ਹੀ ਪਰਸ ਨੂੰ ਫੇਰ ਆਦੇ ਨਹੀਂ ਤਾਂ ਸਾਈਨ ਕਰ ਦੇ ਸਾਈਨ ਕਰ ਦੇ ਹੋਰ ਸਾਡੇ ਪਿੰਡ ਦੇ ਹਲੇ ਵੀ ਮੁੰਡੇ ਕੁਝ ਬੈਠੇ ਮਨੋਲੀ ਪਿੰਡ ਦੇ ਮੁੰਡੇ ਆ ਨਾਲੇ ਇੱਥੇ ਮਨੋਲੀ ਆ ਉਹ ਕਹਿੰਦਾ ਮੈਂ ਨਹੀਂ ਸੈੱਲ ਕਰਦਾ ਜੋ ਕਹਿੰਦਾ ਕਰਦਾ ਕਹਿੰਦਾ ਚੰਗਾ ਵਰਤੇ ਤੇ ਕਰਦੇ ਆਕੜ ਜਿੱਥੇ ਸਿਸਾ ਪਿਘਲਦਾ ਪਿਊਬਾ ਬਣਦੇ ਫਲਿੱਪਸ ਦੀਆਂ ਉੱਥੇ 2000 ਡਿਗਰੀ ਤੇ ਸਿਸਾ ਪਿਘਲਦਾ ਉੱਥੇ ਗਰਮੀ ਬਹੁਤ ਹੁੰਦੀ ਹੈ ਗਰਮੀ ਤੇ ਪਚਾਨ ਤੇ ਕੁੱਲਰ ਪੱਖੇ ਲੱਗੇ ਹੋਏ ਆ ਏਸੀ ਲੱਗੇ ਹੋਏ ਆ ਤੇਰੀ ਸਦਾ ਇਹ ਹੈ ਕਹਿੰਦੇ ਤੂੰ ਇਹ ਪੱਠੀ ਦੇ ਕੰਮ ਕਰ ਤੇਰੇ ਬਾਅਦ ਕੁੱਲਰ ਪੱਖੇ ਤੇ ਏਸੀ ਬੰਦ ਰਹਿਊਗਾ ਟੈਂਪਰੇਚਰ ਹੋ ਗਿਆ 50 55 ਸਾਢੇ ਡਿਗਰੀ ਪਸ ਇੰਨਾ ਸਾਰਾ ਆ ਗਿਆ ਪਸਾਵਾਣ ਦੀ ਜਗ੍ਹਾ ਹੀ ਨਹੀਂ ਕਹਿੰਦੇ ਹਲੇ ਵੀ ਸਾਈਨ ਕਰ ਐਦਾ 750 ਮੁਲਾਜ਼ਮਾਂ ਨੇ ਸਾਈਨ ਕਰਾ ਲਿਆ 15 ਕ ਬੰਦੇ 20 ਬੰਦੇ ਹਲੇ ਵੀ ਆਏ ਜਿਹਨਾਂ ਨੇ ਸਾਈਨ ਨਹੀਂ ਕਰਿਆ ਐਦਾ ਮਤਲਬ ਇਹ ਕਹਿਤਾ ਵੀ ਸਾਰੇ ਕਟਾਕ ਟਾਕੇ 100 ਤੋਂ ਘੱਟ ਮੁਲਾਜ਼ਮ ਕਰ ਦੋ ਜਦੋਂ 100 ਤੋਂ ਘਟੋਗੇ ਤਾਂ ਸਿਕਿਉਂਟ ਹੈ ਇਹਨੂੰ ਬੰਦ ਕਰ ਦੋ ਪਰ ਫਿਰ ਵੀ ਕੁਝ ਬੰਦੇ ਚਲਾਕ ਤੇ ਜਿਹੜੇ ਕਾਮਰੇ ਟਾਈਪ ਜਿਹਨੂੰ ਕਹਿੰਦੇ ਨੇ ਉਹ ਹਟੇ ਨਹੀਂ ਉਹਨਾਂ ਨੇ ਲੇਬਰ ਇਨਸਪੈਕਟਰ ਤੇ ਛਾਪਾ ਮਰਾਤਾ ਜਦੋਂ ਛਾਪਾ ਮਰਿਆ ਤਾਂ 125 ਮੁਲਾਜ਼ਮ ਹਾਜਰ ਨਿਕਲੇ ਉਹਦਾ 25 ਉਹਦਾ ਚਲਾਨ ਹੋ ਗਿਆ ਬੰਦ ਨਹੀਂ ਹੋ ਸਕਦੀ ਫੈਕਟਰੀ ਜੇ 125 ਹੈ ਪਰ ਫਿਰ ਵੀ ਫੈਕਟਰੀ ਬੰਦ ਕਰੀ ਬੰਦ ਕਰਨ ਨਾਲ ਹੋਇਆ ਕਿਆ ਜਿਹੜੀ ਉਥੇ ਅਰਬਾਂ ਪਈ ਦੇ ਮਸ਼ੀਨਰੀ ਹੈ ਉਹ ਪੰਜਾਬ ਤੋਂ ਬਾਹਰ ਭੇਜੀ ਗਈ ਹਾਈ ਕੋਰਟ ਦੇ ਵਿੱਚ ਕੇਸ ਚੱਲਣ ਤੋਂ ਬਾਅਦ ਵੀ ਲੇਬਰ ਕਮਿਸ਼ਨਰ ਨੇ ਆ ਲੇਬਰ ਕਮਿਸ਼ਨਰ ਜਿਹੜਾ ਆਪਾਂ ਕੋਟਾਂ ਦੇ ਖਿਲਾਫ ਅੱਜ ਕੱਲ ਸੇਖੋ ਕਰਕੇ ਬੋਲੇ ਬੜਾ ਲੇਬਰ ਕੋਰਟ ਨੇ ਅਜ ਤੱਕ ਜੇ ਫੈਸਲੇ ਸੁਣਵਾਈ ਨਹੀਂ ਕੀਤੀ ਵਰਕਾਂ ਦੀ ਅਜ ਤੱਕ ਕੋਈ ਸੁਣਵਾਈ ਨਹੀਂ ਕੀਤੀ ਕਦੇ ਵੀ ਮੋਹਾਲੀ ਪੁਲਿਸ ਨੇ ਕਦੇ ਕੋਈ ਪਰਚਾ ਨਹੀਂ ਦਿਆ ਅਜੇ ਕਰਿਆ ਜਿੰਨੀ ਸ਼ਿਕਾਇਤਾਂ ਦੰਦੇ ਰਹੇ ਫਿਰ ਜਿਹੜੇ ਆਪਾਂ ਕਹਿੰਦੇ ਵਾਤਾਵਰਨ ਬਚਾਓ ਦਰਖਤ ਨਹੀਂ ਕੱਟਣੇ 30 ਸਾਲ ਤੋਂ ਫੈਕਟਰੀ ਚੱਲਦੀ ਹੈ 26 ਏਕੜ ਚ ਕਿੰਨੇ ਸਾਰੇ ਦਰਖਤ ਲੱਗੇ ਤੇ 30 30 ਸਾਲ ਪੁਰਾਣੇ ਉਹ ਸਾਰੇ ਕੱਟ ਕੇ ਵੇਚ ਗਏ ਮਾਲਕ ਆਇਆ ਚੰਗਾ ਹੁਣ ਫੈਕਟਰੀ ਬਣਾ ਦਾ ਰੜਾ ਮદાન ਹੁਣ ਇੱਕ ਸਕੀਮ ਹੋਰ ਚੱਲ ਗਿਆ ਵੀ ਰੜਾ ਮદાન ਫੈਕਟਰੀ ਬਣਾਇਆ ਇਹਨੂੰ ਲੁੱਟਣਾ ਕਿਵੇਂ ਹੁਣ ਜੇ ਮੋਹਾਲੀ ਦੇ ਵਿੱਚ 27 ਏਕੜ ਦੀ ਪਲਾਟ ਵੇਚਣੇ ਹੁਣ ਤਾਂ ਉੱਥੇ ਰੇਟ ਅੱਜ ਕਿਤੇ ਦੇਟ 65000 ਰੁਪਏ ਕਾਜਾ ਹੈ ਵੀ ਇਹਨੂੰ ਲੁੱਟੀ ਕਿਦਾਂ ਫਿਰ ਤਰਸ ਦਾ ਪਾਤਰ ਪੰਜਾਬ ਨੂੰ ਬਣਾਇਆ ਗਿਆ ਮੇਂ ਮਹੌਲੀ ਚ ਨਾ 26 ਏਕੜ ਦੀ ਫੈਕਟਰੀ ਤਾਂ ਕੋਈ ਲੱਗਣੀ ਨਹੀਂ ਆਪਾਂ ਐਦਾ ਕਰਦੇ ਆ ਤੇ 12 ਟੋਟੇ ਕਰ ਦਿੰਨੇ ਆ 12 ਫੈਕਟਰੀਆਂ ਲਵਾਉਣ ਵਾਸਤੇ ਲੋਕਾਂ ਨੂੰ ਕਹਿੰਦੇ ਆ ਆਓ ਫੈਕਟਰੀ ਲਾਓ ਤਾਂ ਐਨ ਸਕੀਮ ਬਣਾਲੀ ਵੀ ਤਰਸ ਕਰੋ ਫੈਕਟਰੀਆਂ ਵਾਲਿਆਂ ਦੇ ਪੰਜਾਬ ਤੇ ਵੀ 7000 8000 ਰੁਪਏ ਗਾਹ ਜਮੀਨ ਦੇ ਦੋਗੇ ਆਪਾਂ 26 ਏਕੜ ਦੀ 12 ਫੈਕਟਰੀਆਂ ਲਾਣ ਨੂੰ ਸ਼ਰਤ ਇਹ ਜਿਨ ਜਮੀਨ ਵਿੱਚ ਨੇ ਫੈਕਟਰੀ ਲਾਣ ਦਾ ਤਜਰਬਾ ਹੋਵੇ ਉਹਦੀ ਪਹਿਲੇ ਕਦੇ ਫੈਕਟਰੀ ਚੱਲਦੀ ਹੋਵੇ ਉਹਨੇ ਫੈਕਟਰੀ ਲਾ ਕੇ ਲੋਕਾਂ ਨੂੰ ਰੁਜ਼ਗਾਰ ਦੇਣਾ ਹੋਵੇ ਇਹ ਸਾਰੀ ਗੱਲ ਨੂੰ ਅੱਖੋਂ ਪਰੋਕੇ ਕਰਕੇ ਗੁਲਮੋਹਰ ਨਾਮ ਦੇ ਪ੍ਰਾਈਵੇਟ ਪ੍ਰਾਪਰਟੀ ਡੀਲਰ ਨੂੰ ਕੰਪਨੀ ਨੂੰ ਉਹ 26 ਦੇ 26 ਏਕੜ ਪਲਾਟ ਵੇਚਦਾ ਕਿੰਨੇ ਦਾ 110 ਕਰੋੜ ਦਾ ਪਤਨ 120 ਕਰੋੜ ਦਾ ਹੋਰ ਇੱਕ ਚਲਾਕੀ ਵਣੇ 12 ਟੋਟੇ ਪਾਸ ਕਰਾ ਕੇ ਹੱਥ ਨਾਲ ਪਿੱਛੇ ਪੰਜਾ ਲਿਖਦੇ ਆ 125 ਪਲਾਟ ਬਣਾ ਦੇ ਤੇ 125 ਪਲਾਟ 50000 ਤੋਂ ਲੈ ਕੇ 65000 ਰੁਪਏ ਕਾਜ ਵੇਚਦੇ ਕੀ ਬਾਤ ਹੈ ਹੁਣ ਜੇ 125 ਪਲਾਟ ਪੰਜਾ ਸਰਕਾਰ ਤੋਂ ਪਾਸ ਕਰਾਂਦੇ 125 ਫੈਕਟਰੀ ਲੱਗਣੀਆਂ ਪੰਜਾਬ ਸਰਕਾਰ ਦਾ ਰੇਟ ਰੱਖਦੀ 40000 50000 60000 ਜੋ ਉਹਨੂੰ ਠੀਕ ਲੱਗਦਾ ਹੁਣ ਇਹਦਾ ਵੀ ਅਸੀਂ ਰੌਲਾ ਪਾਤਾ ਹੁਣ ਉਹਦੇ ਵਿੱਚ ਕਿਆ ਕਰਨਾ ਰਿਕਾਰਡ ਚੋਂ ਗਾਇਵੇ ਕਰਤਾ ਵੀ 12 ਪਲਾਟ ਇਕ 125 ਪਲਾਟ ਪਰ ਅਸੀਂ ਰੌਲਾ ਪਾਉਂਦੇ ਰਹੇ ਫਿਰ ਕਿਸੇ ਤਰੀਕੇ ਨਾਲ ਵਿਜਲਨ ਦੇ ਅਫਸਰ ਇਸ ਸਮੇਂ ਮਾਨਤਾ ਦੇ ਤੇ ਭਗਵਾਨਤ ਮਾਨ ਵੀ ਮਨ ਲੱਗਦੀ ਇਮਾਨਦਾਰੀ ਨਾਲ ਇਸ ਮਾਮਲੇ ਲੱਗਿਆ ਆ ਤਾਂ ਸਾਰੀ ਇਨਵੈਸਟੀਗੇਸ਼ਨ ਪੂਰੀ ਹੋਈ ਤੇ ਜਦੋਂ ਅਦਰ ਮੈਂ ਹਾਈ ਕੋਰਟ ਪਹੁੰਚ ਕੇ ਵਿਧਾਨ ਸਭਾ ਪਹੁੰਚ ਕੇ ਰੌਲਾ ਪਾਣ ਲੱਗ ਪਿਆ ਉਹਨਾਂ ਦੇ ਵਿੱਚ ਐਦਾਂ ਦੀ ਇੱਕ ਫੈਕਟਰੀ ਜੇਸੀਟੀ ਹੈ ਮੋਹਾਲੀ ਚ 35 ਕਿੱਲੇ ਦੀ ਹੈ ਉਹ ਵੀ ਬੰਦ ਹੋਈ ਉਹਦੀ ਇਨਕੁਆਰੀ ਚੱਲ ਰਹੀ ਤੇ ਆਹ ਜਿਹੜਾ ਸੁੰਦਰ ਸ਼ਾਮ ਸਿੰਦਰ ਅਰੋੜਾ ਦੇ ਉਪ ਮੰਤਰੀ ਦਾ ਹੈ ਉਸ ਇਨਕੁਆਰੀ ਚ ਆ ਰਿਹਾ ਤੇ ਉਹਨਾਂ ਦੇ ਵਿੱਚ ਮੈਂ ਫਲਿੱਪਸ ਦਾ ਰੌਲਾ ਪਾਤਾ ਤੇ ਜਦ ਫਲਿੱਪਸ ਦਾ ਰੌਲਾ ਪਾ ਗਿਆ ਬਾਕੀ ਸਾਰੇ ਸਕੈਮ ਦਾ ਰੌਲਾ ਪਾ ਗਿਆ ਵਿਜੀਲੈਂਸ ਕੋਲ ਗਿਆ ਮੈਨੂੰ ਬਚਾਓ ਜੀ ਉਹ 50 ਲੱਖ ਰੁਪਏ ਨਗਲ ਲੈ ਗਿਆ ਰਿਸ਼ਵਤ ਵੀ 50 ਲੱਖ ਵਾਜਦਾਉਂਗਾ ਵਿਜੀਲੈਂਸ ਨੇ ਜਾਲ ਪਿਛਾਲਿਆ ਮੁੱਖ ਮੰਤਰੀ ਨੇ ਸਲਾਹ ਕਰਕੇ ਉਹ ਜੇਲ੍ਹ ਚ ਹੈ ਮਤਲਬ ਸੁੰਦਰ ਸ਼ਾਮ ਅਰੋੜਾ ਤਾਂ ਜੇਲ੍ਹ ਚ ਗਿਆ ਹੁਣ ਮੈਂ ਇਹ ਕਹਿ ਰਿਹਾ ਵੀ ਜਿਹੜੀ ਹਲੇ ਤੱਕ ਪਰਚਾ ਇੱਕ ਫਲਿੱਪਸ ਦਾ ਹੋਇਆ 700 ਕਰੋੜ ਦਾ ਪਲਾਟ ਹੈ ਇੱਕ ਐਮਡੀ ਇਹਨਾਂ ਦਾ ਜਾਂਦਾ ਹੋਇਆ ਇੱਕ ਨਾ ਡਾਇਰੈਕਟਰ ਲਿਖ ਗਿਆ ਕਿ ਇਸ ਪਲਾਟ ਨੂੰ ਵੇਚਣ 700 ਕਰੋੜ ਦਾ ਕਪਲਾ ਹੋਇਆ ਹੋਇਆ ਤਾਂ ਵੱਧਦਾ ਹੁਣ ਮਾਰਕੀਟ ਰੇਟਾਂ ਦੀ ਵੱਧਦਾ ਕਪਲਾ 2000 ਕਰੋੜ ਦਾ ਵੀ ਹੁਣ ਆ ਪਲਾਟ ਦਾ ਲੱਗਿਆ ਮਸ਼ੀਨਰੀ ਦਾ ਲੱਗਿਆ ਦਰਖਤਾਂ ਦਾ ਲੱਗਿਆ ਵਰਕਰਾਂ ਦਾ ਲੱਗਿਆ ਕੇਸ ਚੱਲਦੇ ਆ ਵਿਚਾਰੇ ਭੁੱਖੇ ਮਰ ਰਹੇ ਆ ਵਰਕਰ ਉਹਨਾਂ ਦੇ ਪਰ ਜੇ 700 ਕਰੋੜੇ ਮੰਨ ਲਓ ਹੁਣ ਮੈਂ ਝੂਠ ਬੋਲਦਾ ਆਪਣੀ ਗੱਲ ਨੂੰ ਵਧਾ ਚੜਾ ਕੇ ਦੱਸਦਾ 500 ਪਲਾਟ ਆਦੇ ਪੰਜਾਬ ਦੇ ਹੂੰ ਜਦ 500 ਪਲਾਟ ਬੰਦ ਕੀਤੇ ਗਏ ਫੈਕਟਰੀਆਂ ਬੰਦ ਕੀਤੀਆਂ ਗਈਆਂ ਨਵੇਂ ਫੈਕਟਰੀਆਂ ਲੱਗਣ ਦਿੱਤੀਆਂ ਗਈਆਂ ਉਹਦੇ ਉੱਤੇ ਪਰਚਾ ਦਰਜ ਹੋਣਾ ਬਾਕੀ ਆ ਪਰ ਫਲਿੱਪਸ ਦੇ ਮਾਮਲੇ 'ਚ ਪੱਤਰਕਾਰ ਪ੍ਰਵਾਣੇ ਦਾ ਮੁੰਡਾ ਅੰਦਰ ਹੈ ਇਹ ਸੋਨਾ ਨੇ ਚ ਆਇਆ ਰਿਕਾਰਡ 'ਚ ਪਤਾ ਨਹੀਂ ਬਿਜਲੀ ਲੈ ਆਓਗੇ ਕਿ ਨਹੀਂ ਲੈ ਆਓਗੇ ਸਾਨੂੰ ਜਿਹੜੇ ਪੁਰਾਣੇ ਬੰਦੇ ਜੁੜੇ ਹੋਏ ਨੇ ਨਾਲ ਉਹ ਕਹਿੰਦੇ 500 ਕਰੋੜ 5000 ਕਰੋੜ ਦੀ ਪ੍ਰਾਪਰਟੀ ਉਹਦੇ ਕੋਲੇ ਮੈਨੂੰ ਪਤਾ ਨਹੀਂ ਹੈ ਕਿ ਨਹੀਂ ਹੈ ਇੱਕ ਮੁੱਖ ਮੰਤਰੀ ਰਿਹਾ ਪੰਜਾਬ ਦਾ ਉਹਦਾ ਇੱਕ OSD ਫਰਾਰ ਹੈ ਉਸ FIR 'ਚ ਨਾਮ ਹੈ ਕਹਿੰਦੇ ਉਹਦੇ بڑے بڑے ਸ਼ਾਪਿੰਗ ਵਾਲਾ ਪੁਚੋ ਬੰਡੀ ਤੇ ਮੈਜੈਸਟਿਕ ਹੋਟਲ ਪਤਾ ਨਹੀਂ ਹੋਰ ਕਿੱਥੇ ਮ ਤੇ ਇਸ ਤਰ੍ਹਾਂ ਦਾ ਹੀ ਕਹ ਇਹ ਬਹੁਤ ਵੱਡਾ ਸਕੈਮ ਹੈ ਹੁਣ ਹੋਇਆ ਗਿਆ ਜਦੋਂ ਐਫ ਆਈ ਆਰ ਦਰਜ ਹੋਈ ਜਿਹੜਾ ਮੈਂ ਕਹ ਬਿੱਲੀਆਂ ਦੀ ਸਰਦਾਰੀ ਬਿੱਲੀਆਂ ਦੀ ਲੜਾਈ ਚ ਬੰਦ ਰਹੇ ਸਰਦਾਰੀ ਤਾਂ ਉਹ ਚ ਆਈ ਐਸ ਅਫਸਰ ਨੀਲੀਮਨ ਦਾ ਨਾਮ ਆ ਗਿਆ ਐਫ ਆਈ ਆਰ ਚ ਕਿਉਂਕਿ ਨੀਲੀਮਾ ਉਦੋਂ ਇਨਕੁਆਰੀ ਬੰਦ ਕਰਾਉਣ ਚ ਤੇ ਜਿਹਨੇ ਦੇ ਨੇ ਠੱਗੀ ਹੋਈ ਆ ਉਹ ਐਮ ਡੀ ਰਹੀ ਐ ਨੀਲੀਮਾ ਹੀ ਬਖਿਆ ਚੀਜ਼ ਐ ਨੀਲਮਾ ਆਈ ਐਸ ਅਫਸਰ ਹੈ ਪੰਜਾਬ ਦੀ ਉਹ ਹੁਣ ਕਿਸੇ ਹੋਰ ਡਿਪਾਰਟਮੈਂਟ ਚ ਮੈਨੂੰ ਪਤ ਲੱਗ ਗਈ ਛੁੱਟੀ ਚਲੇ ਗਈ ਇਹ ਬਦਲੇ ਜਾਣੇ ਬਦਲੀ ਜਾਣੇ ਨੀਲੀਮਨ ਚਲਾਕੀ ਬੜੀ ਵੱੜੀ ਪਹਿਲੇ ਤਿੰਨ ਮੈਂਬਰੀ ਕਮੇਟੀ ਬ ਇਨਕੁਆਰੀ ਨੰਬਰ 3 ਠੱਪ ਕਰਾ ਦੀ 2018 ਜਾਂ ਫਿਰ ਇਨਕੁਆਰੀ ਨੰਬਰ 4 ਠੱਪ ਕਰਾਣ ਬਾਅਦ ਨੀਰਮਨ ਇੱਕ ਹੋਰ 헤ਰਾ ਫੇਰੀ ਕਰੀ ਨੀਰਮਨ ਦੇ ਹੋ ਗਈ ਬਦਲੀ ਹੋਰ ਕਿਸੇ ਵਿਭਾਗ ਚ ਐਦਰੋ ਵਿਜੀਲੈਂਸ ਚਿੱਠੀ ਲਿਖਦੀ ਵੀ ਆ ਠੱਗੀ ਦਾ ਪਰਚਾ ਦਾਜ ਕਰੋ ਹੁਣ ਵਿਜੀਲੈਂਸ ਨੂੰ ਪਰਮਿਸ਼ਨ ਲੈਣੀ ਪੈਂਦੀ ਏ ਤਾਂ 17 ਦੀ ਤਾਂ ਨੀਰਮਨ ਹੋਟਿਆ ਫਸ ਗਏ ਤਾਂ ਆਪਣੀ ਬਦਲੀ ਤੋਂ 21 ਦਿਨ ਬਾਅਦ ਬੈਕ ਡੇਟ ਚ ਚਿੱਠੀ ਲਿਖਦੀ ਹੈ ਵਿਜੀਲੈਂਸ ਨੂੰ ਹਮ ਕਿ ਜਦੋਂ ਮੈਂ ਪਹਿਲਾਂ ਇਨਕੁਆਰੀ ਕਰਕੇ ਬੰਦ ਕਰ ਲਈ ਤੁਸੀਂ ਕੌਣ ਹੁੰਦੇ ਇਨਕੁਆਰੀ ਬਾਤ ਕਰਨ ਵਾਲੇ ਫੜ ਕੋ ਪਰਮਿਸ਼ਨ ਹੈ ਨਹੀਂ ਇਨਕੁਆਰੀ ਨੂੰ ਬੰਦ ਕਰੋ ਉਸ ਆ ਬਤੋ ਗਿਆ ਹਾਲਾਂਕਿ ਉਹ ਹਲੇ ਉਸ ਐਫ ਆਰ ਦਾ ਨਾਮ ਨਹੀਂ ਆਇਆ ਹਲੇ ਐਫ ਆਰ ਦਰਜ ਨਹੀਂ ਹੋਈ ਇਨਕੁਆਇਰੀ ਨੰਬਰ 3 ਤੇ ਇਨਕੁਆਇਰੀ ਨੰਬਰ 4 ਦੀ ਜਿੱਦਾਂ ਫਲਿੱਪਸ ਦੇ ਟੁਟੇ ਕਰਕੇ ਪਲਾਟ ਵੇਚੇ ਗਏ ਆ 700 ਕਰੋੜ ਦਾ ਕਬਲਾ ਇਦਾਂ ਦੇ 100 ਪਲਾਟ ਆ ਘਟੋ ਘਟ ਮੋਹਾਲੀ ਚ ਬੜੇ ਬੜੇ ਇੰਡਸਟਰੀਜ਼ ਆ ਜਿਹੜੇ ਕੋ 1000 ਕਰੋੜ ਕੋ 2000 ਕਰੋੜ ਕੋ 4000 ਕਰੋੜ ਦਾ ਮਾਲਕਵਾਨੀ ਬੈਠਾ ਉਹਨਾਂ ਤੇ ਹਲੇ ਕਾਰਵਾਈ ਹੋਣੀ ਬਾਕੀ ਆ ਹੁਣ ਜਦ ਆਈ ਐਸ ਅਫਸਰ ਨੀਲੇਮਾ ਦਾ ਨਾਮ ਆ ਗਿਆ ਤਾਂ ਆਈ ਐਸ ਅਫਸਰਾਂ ਨੂੰ ਬੈਗੀਆਂ ਭਾਜਣਾ ਵੀ ਜੀ ਅੱਜ ਨੀਲਮਾ ਤਾਂ ਕੱਲੂ ਰਾਹੁਲ ਭਨਾਰ ਰਜੇ ਦੇ ਅਗਰਵਾਲ ਤੇ ਹੀ ਪਰਚਾ ਹੋ ਸੀ ਸੀਬਨ ਇੱਕ ਹੋਰ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਲੱਗਿਆ ਅਜਕਲ ਪੰਜਾਬ ਦਾ ਉਹ ਪੀਐਸਆਈ ਡੀਸੀ ਦਾ ਐਮਡੀ ਹੈ ਉਹਦੀ ਪਰਮਿਸ਼ਨ ਨਾਲ ਵੀ ਕੀਤੀ ਹੈ ਫੈਕਟਰੀ ਫਲਿੱਪਸ ਦੀ ਜੇ ਹੁਣ ਚਾਰ ਆਈਐਸ ਅਫਸਰ ਆ ਗਏ ਤਾਂ ਕੱਲ ਨੂੰ 40 ਵੀ ਆਣਗੇ 132 ਆਈਐਸ ਅਫਸਰ ਪੰਜਾਬ ਦੇ ਜਿਹੇ ਨੇ ਜਿਦੇ ਕੋਈ ਨਾ ਕੋਈ ਕ腐ਸ਼ਨ ਦਾ ਰੋਪ ਹੈ ਮੌਜੂਦਾ ਤੇ ਹਸਾਬਗਾ ਹੁਣ ਜੇ ਨੀਲੇ ਮਾਂ ਅੰਦਰ ਜਾਓਗੇ ਤਾਂ 132 ਜਾਣਗੇ ਤਾਂ ਉਹਨਾਂ 70 80 ਆਈਐਸ ਅਫਸਰਾਂ ਨੇ ਕਿਆ ਕਰਿਆ ਭਗਵਾਨਤ ਬਾਲ ਨਾਲ ਜਾ ਕੇ ਮੀਟਿੰਗ ਕੀਤੀ ਮੈਂ ਆਪਣੇ ਸ਼ਬਦਾਂ ਦਾ ਕਹਿੰਦਾ ਮੈਨੂੰ ਪਤਾ ਨਹੀਂ ਸ਼ਬਦ ਉੱਤੇ ਕੀ ਵਰਤੇ ਦਬਕਾ ਮਾਰਿਆ ਭਗਵਾਨ ਤੁਮਾਰ ਨੂੰ ਵੀ ਤੇਰਾ ਪੰਜਾਬ ਠੱਪ ਕਰ ਦੂੰਗਾ ਆ ਕੇਸ ਦੇ ਵਿੱਚੋਂ ਨੀਰਮਨ ਬਾਹਰ ਕੱਢ ਦੇ ਐਫਆਈਆਰ ਕੈਨਸਲ ਕਰੋ ਭਗਵਾਨ ਤੁਮਾਰ ਨੇ ਕੀ ਕਰਿਆ ਚਿੱਠੀ ਲਿਖਤੀ ਚੀਫ ਸੈਕਟਰੀ ਨੂੰ ਇਹਦੀ ਇਨਕੁਆਰੀ ਕਰੋ ਹੁਣ ਸਾਨੂੰ ਪਤਾ ਲੱਗਿਆ ਵੀ ਇਨਕੁਆਰੀ ਕਰਨੀ ਇਨਕੁਆਰੀ ਕਰਨ ਵਾਲੇ ਚੋਰ ਐ ਚੀਫ ਸੈਕਟਰੀ ਤੋਂ ਕਰਾਣੀ ਉਹ ਵੀ ਆਈਐਸ ਅਫਸਰ ਐ ਤੇਰਾ ਜਦ ਅਗਰਵਾਦ ਵੀ ਆਈਐਸ ਅਫਸਰ ਐ ਨੀਲਮਾ ਵੀ ਆਈਐਸ ਅਫਸਰ ਐ ਤੇ ਇਹ ਵੀ ਆਈਐਸ ਅਫਸਰ ਤੇ ਉਹ ਵੀ ਆਈਐਸ ਅਫਸਰ ਇਹਦੇ ਰੋਲ ਦੇਣਗੇ ਫਿਰ ਸਾਨੂੰ ਗੁੱਸਾ ਚੜਿਆ ਥੋ ਬਿਜਲੈਂਸ ਹੈੱਡ ਆਫਿਸ ਦੇ ਬਾਹਰ ਆ ਜੀ ਪੁਤਲੇ ਬਣਾਏ ਪ੍ਰਹਾਲੀ ਦੇ ਆਈਐਸ ਅਫਸਰ ਨੀਲੀ ਮਾਤੇ 6 6 ਫੁੱਟ ਦੇ ਪੁਤਲੇ ਬਣਾ ਲਏ ਆਈਐਸ ਅਫਸਰ ਰੱਖ ਦਿੱਤਾ ਅਗਰਵਾਲ ਦੇ ਰਾਹੁਲ ਪੁਣਹਾਰੀ ਦੇ ਤੇ ਉਹਨਾਂ ਦੇ ਜੇ ਪੀਸੀਐਸ ਅਫਸਰਾਂ ਨੇ ਹੜਤਾਲ ਚਾਲ ਲਈ ਦੀ ਇੱਕ ਆਰਟੀਏ ਜਲੰਧਰ ਉਹ ਕੋਈ ਸਕੈਮ ਚ ਅੰਦਰ ਹੈ ਉਧਰ ਆਈ ਪੀਸੀਐਸ ਅਫਸਰਾਂ ਨੇ ਹੜਤਾਲ ਕਰਤੀ ਸੀ ਪੰਜਾਬ ਠੱਪ ਕਰਦਾ ਕਿ ਸਾਰੇ ਦਫ਼ਤਰ ਬੰਦ ਹੋ ਗਏ ਸਾਰੇ ਤਹਿਸੀਲਦਾਰ ਛੁੱਟੀ ਦੇ ਗਏ ਹਨ ਉਹਦੇ ਨਾਲ ਲੱਗਦੇ ਆਈਐਸ ਅਫਸਰ ਦਬਕਾ ਮਾਰ ਰਿਹਾ ਹੈ ਫਿਰ ਸਾਨੂੰ ਲੱਗੇ ਵੀ ਤਾਂ ਜੇ ਭਗਵੰਤ ਮਾਨ ਕੰਮ ਕਰ ਰਹੇ ਜਾਂਦਾ ਮੈਂ ਭਗਤ ਤਾਂ ਹੈ ਨਹੀਂ ਭਗ ਫੇਰ ਅਸੀਂ ਬੰਦੇ ਇਕੱਠੇ ਕਰਕੇ ਪੰਜ 400 ਬਿਜਲੀਨ ਦਫਤਰ ਦੇ ਬਾਹਰ ਆ ਉਹਨੇ ਪੁਤਲੇ ਬਲਾ ਕੇ ਉਹਨੂੰ ਫਾਂਸੀ ਚੜਾਇਆ ਛੇ ਛੇ ਫੁੱਟ ਦੇ ਪੁਤਲੇ ਨੂੰ ਜੁੱਤੀਆਂ ਦੇ ਹਾਰ ਪਾਏ ਉਹਨੇ ਸਿਹਰ ਤੇ ਜੁੱਤੀਆਂ ਮਾਰੀਆਂ ਔਰ ਭਗਵਾਨਤਮਨ ਨੂੰ ਕਿਹਾ ਵੀ ਇਸ ਮਾਮਲੇ ਜੀ ਤੇਰੇ ਨਾਲ ਹੈ ਵੀ ਤੂੰ ਹੈ ਨਾ ਅਫਸਰਾਂ ਦੇ ਡਰੀ ਨੇ ਚੋਰ ਹੈ ਜਿੰਨੇ ਆਏ ਐ ਅਫਸਰਾਂ ਜਿੰਨੇ ਤੇਰੇ ਕੋਲ ਅਸਟੀ ਦੇ ਸੇ ਆਏ ਅਫਸਰ ਪਹੁੰਚੇ ਜਾਂਦੇ ਐਫ ਐਨ ਦੇ ਐਫਿਡੇਵਲ ਵੀ ਤਨਖਾਹ ਨਾਲ ਹੀ ਜਾਰਾ ਕਰਦੇ ਐਂਦੀ ਹਰੇਕ ਦਿਨ ਇਨਕੁਆਰੀ ਕਰ ਇਹ ਸਾਰੇ ਚੋਰ ਹੈ ਇਹਨਾਂ ਦੀ ਨਾਮੀ ਬੇਨਾਮੀ ਸੰਪਤੀ ਲੱਭ ਕਿੱਥੇ ਆ ਤੇ ਹੈ ਉਹ ਝੁੱਠੇ ਆ ਵੀ ਨਹੀਂ ਆ ਨਾ ਦਵਾਤ ਨਹੀਂ ਔਰ ਇੱਕ ਗੱਲ ਹੋਰ ਕਹੀ ਭਗਵਾਨ ਜੀ ਮਾਨ ਨੂੰ ਵੀ ਅਸੀਂ ਉਹ ਲੋਕ ਆ ਪੰਜਾਬ ਦੇ ਕਰੋਨਾ ਕਾਲ ਚ ਮੈਂ ਪ੍ਰਾਈਵੇਟ ਸਕੂਲ ਫੀਸਾਂ ਦੀ ਲੜਾਈ ਲੜੀ ਹੈ ਮੇਰੀ ਬਹੁਤ ਬੜੀ ਟੀਮ ਹੈ ਅਸੀਂ ਡੀਓ ਲੁਧਿਆਣਾ ਦੀ ਜੁੱਤੀਆਂ ਦਾ ਹਾਰ ਪਾਇਆ ਦਾ ਗੱਲ ਚ ਵੀ ਹੁਣ ਤਾਂ ਹੀ ਪੁੱਤਰਿਆਂ ਨੂੰ ਪਾਏ ਆ ਕਿਤੇ ਇਹ ਨਾ ਹੋਵੇ ਪੰਜਾਬ ਦੇ ਲੋਕ ਸੜਕਾਂ ਤੇ ਖੜਾ ਕੇ ਨਾ ਆਏ ਆ ਸਫਸਤਰਾਂ ਦੇ ਗਲਾ ਚ ਜੁੱਤੀਆਂ ਦੇ ਹਾਰ ਪਾਣ ਇਸ ਕਰਕੇ ਡਰੀ ਨਾ ਝੁਕੀ ਨਾ ਤਾਂ ਕਰਕੇ ਭਗਵਾਨ ਜੀ ਮਾਨ ਨੇ ਦੂਜੇ ਦਿਨ ਚਿੱਠੀ ਲਿਖੀ ਵੀ ਆਰ 2:00 ਵਜੇ ਤੱਕ ਨਹੀਂ ਇਹ ਜੋ ਕਰਨਾ ਉਹ ਦਾਪਕਾ ਕੰਮ ਕਰ ਗਿਆ ਇਸ ਕਰਕੇ ਮੈਂ ਕਹ ਰਿਹਾ ਵੀ ਬਿਲੀਅਨ ਲੜਾਈ ਚ ਬਾਂਦਰਾ ਪਤਾ ਨਹੀਂ ਭਗਵਾਨ ਤੁਮਨ ਕਾਰਵਾਈ ਕਰ ਪਾਊਗਾ ਕਿ ਨਹੀਂ ਕਰ ਪਾਊਗਾ ਪਤਾ ਨਹੀਂ ਆਏ ਸਬਸਕ੍ਰਾਈਬਰ ਦੀ ਗੇਮਾਂ ਖੇਡਦੇ ਰਾਂਗੇ 5 ਸਾਲ ਕੱਢ ਦੋ ਇਹਨਾਂ ਦੇ ਅਗਲੇ ਸਾਲ ਕੋ ਹੋਰ ਸਰਕਾਰਾਂ ਆਏ ਜੇ ਸਾਰਾ ਕੁਝ ਸੁਣ ਕੇ ਤੇ ਇਸ ਤਰ੍ਹਾਂ ਲਗਾ ਵੀ ਚਾਹ ਕਾਲੀ ਐ ਚਾਹ ਕਾਂਗਰਸੀ ਐ ਕੋਈ ਨਹੀਂ ਆਈਐਸ ਇਕੱਠੇ ਹੋ ਰਹੇ ਆ ਹੁਣ ਆਵਾਮ ਆਦਮੀ ਕੋਈ ਪਤਾ ਨਹੀਂ ਅੰਦਰ ਘਾਤੇ ਗਿਆ ਹੋ ਰਿਹਾ ਮੇਰਾ ਸਾਰਾ ਪੰਜਾਬ ਨੂੰ ਖਾ ਰਹੇ ਆ ਵੱਡ ਵੱਡ ਜਿਹੜਾ ਖੰਡ ਨੂੰ ਕੀੜੇ ਵਾਲੀ ਬਾਤ ਹੈ ਇਹਦਾ ਜਿਹੜੀ ਦਸਾਈ ਹੈ ਹਾਂ ਵੱਲ ਵੱਡੇ ਖਾ ਰਹੇ ਆ ਪਤਾ ਨਹੀਂ ਮੇਰੇ ਵਾਂਗ ਕਿਵੇਂ ਬਚਿਆ ਹੈ ਜਦੋਂ ਮਰਜੀ ਮਾਰ ਦੇਣਗੇ ਮੈਨੂੰ ਮੈਨੂੰ ਪਤਾ ਲੱਗਦਾ ਵੀ ਕਦੇ ਧਮਕੀ ਆਉਂਦੀ ਕਦੇ ਰਸਤੇ ਘਰੇ ਜਾਂਦਾ ਮੈਂ ਤਾਂ ਆਪਣੇ ਨਿਆਣੇ ਨੂੰ ਟ੍ਰੇਨ ਕਰਦਾ ਭਾਈ ਜੇ ਘਰੇ ਹਮਲਾ ਹੋਣਾ ਤਾਂ ਕਿੱਦਾਂ ਬਚਣਾ ਜੇ ਰਸਤੇ ਤੁਹਾਨੂੰ ਕੋਈ ਅਗਵਾ ਕਰ ਲਵੇ ਤਾਂ ਕਿੱਦਾਂ ਬਚਣਾ ਜੇ ਮੈਨੂੰ ਝੁੱਠੇ ਕੇ ਜੇਲ੍ਹ ਭੇਜਦਾ ਕਿੱਦਾਂ ਗੁਲਾਮ ਕਿਵੇਂ ਕਰਦਾ ਹੁੰਦਾ ਇਹ ਟ੍ਰੇਨਿੰਗ ਦੇਣੀ ਪੈਂਦੀ ਹੈ ਪਤਾ ਨਹੀਂ ਕਦੋਂ ਕਿਹਨੇ ਕੀ ਕਰ ਦੇਣਾ ਪਤਾ ਨਹੀਂ ਇਹ ਕਿੱਦਾਂ ਬਚੇ ਹੋਏ ਆ ਕਰਦੇ ਹੋ ਕਿ ਨਹੀਂ ਕਹਿੰਦੇ ਵੀ ਇਹ ਛੱਡ ਪਰੇ ਕੀ ਲੈਣਾ ਨੂੰ ਚਲੋ ਉਹਨੂੰ ਪਤਾ ਵੀ ਇਹ ਠੀਟ ਹੈ ਆਤਾਂ ਦੀ ਤੇ ਕੁਝ ਆਪਣੇ ਚਲ ਕਿਉਂ ਕਰਦੇ ਤੇ ਚਲੋ ਤੰਗੀ ਤਾਂ ਹੈ ਹੀ ਆ ਸਭ ਤੋਂ ਵੱਡੀ ਗੱਲ ਮਾਵਾ ਪਤਾਨਪੜ ਉਹਨੂੰ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ ਬਾਹਰ ਤੇ ਆਪ ਵੀ ਬਾਹਰ ਨੇ ਤੇ ਘਾਲੇ ਨੂੰ ਪਤਾ ਵੀ ਹੁਣ ਘਾਲੇ ਦੇ ਖਿਲਾਫ ਕੀ ਮੇਦਾ ਚੱਲੇ ਵਿਚਾਰੀਓ ਠੀਕ ਹੈ ਨਾਲ ਸਹਿਮਤ ਗੁਜ਼ਾਰਾ ਆਖੋ ਸਾਕਾ ਚੱਲਦਾ ਪਰ ਰੌਲਾ ਸੀ ਪਾ ਰਹੇ ਤੇ ਵੀ ਪੰਜਾਬ ਦਾ ਕੋ ਭਲਾ ਹੋ ਜੇ ਪੰਜਾਬ ਦੇ ਖਾਤੇ ਦੇ ਪੈਸੇ ਵਾਪਸ ਆ ਜਾਣ ਜੇ ਹੁਣ 3 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾਈਆ ਪੰਜਾਬ ਦਾ ਪੀਐਸਆਈਸੀ ਸਕੈਮ ਦੇ ਵਿੱਚ ਪ੍ਰੋਪਰ ਟਿਕਰ ਇਨਕੁਆਰੀ ਕਰਕੇ ਪੂਰਾ ਐਕਸ਼ਨ ਲੈ ਕੇ ਸਾਰੀ ਜ਼ਮੀਨਾਂ ਵੇਚ ਕੇ ਪੰਜਾਬ ਦੇ ਖਾਤੇ ਦੇ ਪੈਸੇ ਆਣ ਮੈਂ ਦਾਵਾ ਕਰਦਾ 50000 ਕਰੋੜ ਦੀ 1 ਲੱਖ ਕਰੋੜ ਆਉ ਪੰਜਾਬ ਦਾ ਖਜ਼ਾਨਾ ਭਰ ਜਾ ਜਿਹੜੇ ਤਨਖਾਹ ਦੇਣ ਨੂੰ ਕਹਿੰਦੇ ਪੈਸੇ ਨਹੀਂ ਆਇਆ ਇੱਧਰ ਉੱਧਰੋਂ ਲੈਣੇ ਪੰਨੇ ਕਰਜ਼ਾ ਲੈਣਾ ਪੰਦਾ ਵਿ PSIC ਉਸ ਤਰ੍ਹਾਂ ਵਾ ای ਡਬਲਯੂ ਐਸ ਸਕੈਮ ਜਿਹੜਾ ਗਰੀਬ ਲੋਕਾਂ ਦੇ ਘਰਾਂ ਦਾ ਸਕੈਮ ਹੈ ਲਿਆ ਜਿਹੜੇ ਲੋਕਾਂ ਕੋਲ ਵਿਚਾਰ ਕੇ ਮਕਾਨ ਨਹੀਂ ਲੈ ਜਾਂਦੇ 10 15 15000 ਰੁਪਏ ਕਿਰਾਏ ਤੇ ਰਹਿਣ ਇਹਨਾਂ ਨੂੰ ਘਰ ਮਿਲ ਜੂ ਕਰੋ ਸਕੀਮ ਲਾਗੂ ਔਖਾ ਕੰਮ ਹੈ ਬਹੁਤ ਇਹ ਸਾਰਿਆਂ ਦੀ ਜਕੜ ਬੜੀ ਮਜ਼ਬੂਤ ਹੈ ਪਤਾ ਨਹੀਂ ਕਿਵੇਂ ਟੁੱਟੂ ਤੇ ਤਾਂ ਅਸੀਂ ਰੌਲਾ ਪਾ ਰਹੇ ਹਾਂ ਹੁਣ ਰਹੀ ਅਦਾਲਤਾਂ ਦੀ ਗੱਲ ਆਹ ਡੀਐਸਪੀ ਸੇਖੋ ਦਾ ਬੜਾ ਰੌਲਾ ਪਿਆ ਵੀ ਉਹ ਅੰਦਰ ਹੈ ਸਾਥੀ ਚੱਲ ਆਪਣਾ ਵੀ ਹੁਣ ਜਦੋਂ ਆਪਾਂ ਪੁਲਿਸ ਤੋਂ ਤੰਗ ਹੈ ਪ੍ਰਸ਼ਾਸਨ ਤੋਂ ਤੰਗ ਹੈ ਪੋਲਿਟੀਕਲ ਲੋਕਾਂ ਤੋਂ ਤੰਗ ਹੈ ਸਰਕਾਰ ਤੋਂ ਤੰਗ ਹੈ ਉਹ ਅਦਾਲਤ ਵੀ ਜਾਂ ਅਦਾਲਤ ਦਾ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਕੋਈ ਸੁਣਵਾਈ ਨਹੀਂ ਹੁਣ ਮੈਂ ਗਰੀਬਾਂ ਦੇ ਮਕਾਨਾਂ ਵਾਲੀ ਗੱਲ ਲਾਦਾ 2016 ਦੇ ਵਿੱਚ ਮੈਂ ਹਾਈ ਕੋਰਟ ਕੇਸ ਪਾਇਆ ਅੱਜ ਤੱਕ ਪੰਜਾਬ ਸਰਕਾਰ ਤੋਂ ਜਵਾਬ ਨਹੀਂ ਲੈ ਸਕਿਆ ਹਾਈ ਕੋਰਟ ਵਿਧਾਨ ਸਭਾ ਪਾਰਲੀਮੈਂਟ ਵੀ ਜਾਇਆ ਪਾਰਲੀਮੈਂਟ ਦੀ ਕਮੇਟੀ ਵੀ ਬੈਠ ਲਈਆਂ ਪਰਚੇ ਵੀ ਦਰਜ ਹੋਲੇ ਜਿਹੜਾ ਬਿਲਡਰ ਹੈ ਮੈਂ 2015 ਦੇ ਪਰਚਾ ਦਾਜ ਕਰਾਇਆ ਐਸਬੀਪੀ ਹੋਮ ਦੇ ਉਹਦਾ ਅੱਜ ਤੱਕ ਚਲਾਨ ਨਹੀਂ ਪੇਸ਼ ਕਰਿਆ ਉਲਟਾ ਉਹ ਐਫਆਈਆ ਰੱਦ ਕਰਵਾ ਦੇ ਦੋ ਵਾਰੀ ਕੋਰਟ ਚ ਪੇਸ਼ ਕਰ ਲਈ ਪੁਲਿਸ ਨੇ ਤੇ ਮੈਨੂੰ ਜਾ ਕੇ ਕਿਸੇ ਤਰੀਕੇ ਨਾਲ ਵਾਪਸ ਕਰਾਉਣਾ ਪੈਂਦਾ ਉਹ ਸਾਰੇ ਲੱਗੇ ਹੋਏ ਵੀ ਇਹਨੂੰ ਰੋਲੇ ਕਿਵੇਂ ਜਾਵੇ ਹੁਣ ਅਦਾਲਤਾਂ ਤੇ ਇਸ ਕਰਕੇ ਮੈਨੂੰ ਭਰੋਸਾ ਨਹੀਂ ਹੋ ਰਿਹਾ ਵੀ ਕਰੀ ਇਹ ਕਿਹਾ ਹੋਣਾ ਸੀ ਜਾਈਏ ਕਿੱਥੇ ਅਦਾਲਤ ਕੋਲ ਜਾਈਏ ਉੱਥੇ ਤਰੀਕ ਪਈ ਜਾਂਦੀ ਹੈ ਫਿਰ ਇਹ ਵੀ ਹੁਣ ਸੁਣਨ ਚ ਆ ਗਿਆ ਕਈ ਜੱਜ ਹੈਗੇ ਭ੍ਰਿਸ਼ਟ ਆਂਦੇ ਰਹਿੰਦੇ ਮੀਡੀਆ ਦੀ ਗੱਲ ਵੀ ਕਈ ਇਹ ਵੀ ਕਹੇ ਵੀ ਜੱਜ ਨਾਲ ਵੀ ਸੌਦੇਬਾਜ਼ੀ ਕਰਦੇ ਨੇ ਕੀ ਦੇਣਾ ਕਰੀ ਕੀ ਨਹੀਂ ਕਰੀ ਮੇ ਕੋਈ ਸਬੂਤ ਤਾਂ ਕੋਈ ਨਹੀਂ ਪਰ ਜੇ ਨਿਰਮਲ ਨਿਰਮਲ ਯਾਦਵ ਆਪਦੇ ਨੇ ਕੌਣ ਆ ਉਹ 10 ਲੱਖ ਦੇ ਕੇਸ ਚ ਟਰਮੀਨੇਟ ਹੈ ਮੇਰੇ ਖਿਆਲ ਜੱਜਾਂ ਦਾ ਵੀ ਕੋਈ ਭਰੋਸਾ ਨਹੀਂ ਇਹ ਲੋਕ ਸੈਟਿੰਗ ਸ਼ੂਟਿੰਗ ਕਰ ਲਏ ਮੈਨੂੰ ਪਤਾ ਨਹੀਂ ਹੋਣਾ ਕਿ ਪੰਜਾਬ ਦਾ ਤੋ ਕਮਾਲ ਹੀ ਹੈ ਵੈਸੇ ਜਿਹੜਾ ਕੁਝ ਹੋ ਰਿਹਾ ਬੜਾ ਮੈਨੂੰ ਤਾਂ ਲੱਗਦਾ ਵੀ ਇਹ ਕਮਾਲ ਹੀ ਹੈ ਆਪਣੇ ਪੰਜਾਬ ਨੂੰ ਵੇਚ ਰਹੇ ਆ ਹਾਂ ਵੇਚ ਰਹੇ ਆ ਔਰ ਲਹੀ ਰੋਕਾਂ ਦੀ ਗੱਲ ਨਿਆਣੇ ਤੁਸੀਂ ਪੜਾਣੇ ਨਹੀਂ ਨਿਆਣੇ ਨੂੰ ਕਹਿੰਦੇ ਆਇਲਸ ਘਰ ਜਾ ਬਾਹਰ ਮੈਂ ਨਾਲ ਤੇਰੇ ਪਿੱਛੇ ਆਇਆ ਜ਼ਮੀਨ ਵੇਚ ਕੇ ਨਾ ਕੋਠੀ ਵੇਚ ਕੇ ਤੇਰੇ ਪਿੱਛੇ ਆਇਆ ਫਿਰ ਕਹਿੰਦੇ ਨੇ ਭਈਏ ਰਾਜ ਕਰੂੰਗਾ ਕਰੋਗੇ ਭਈ ਜਿਹੜਾ ਕੀਰਤੀ ਬੰਦਾ ਜਿੱਥੇ ਕਰੂਗਾ ਕੰਮ ਉਹਨਾਂ ਦਾ ਗੁਜ਼ਾਰਾ ਕਰਨਾ ਹੀ ਵਿਚਾਰਨੇ ਆ ਆਪਣਾ ਤੇ ਪੰਜਾਬ ਨੂੰ ਤਾਂ ਆਪਾਂ ਖਾਲੀ ਕਰਕੇ ਜਾ ਰਹੇ ਛੱਡ ਪਰਿਆ ਨੇ ਸੁਧਰਨ ਦਾ ਤਾਂ ਹੈ ਨਹੀਂ ਛੱਡੋ ਆਪਣੇ ਨਿਆਣੇ ਨੂੰ ਪੜਾਓ 12ਵੀਂ ਕਰਾਓ ਪਲੱਸ 2 ਕਰਾਓ ਤੇ ਬਾਹਰ ਜੰਗ ਨਾ ਮੇ ਭੱਜ ਰਹੇ ਹਨੀ ਆਪਣਾ ਇਤਿਆਸ ਤਾਂ ਜੰਗ ਲੜਨ ਦੇ ਕਰਿਆ ਪਰ ਭੱਜ ਰਹੇ ਲੜਨ ਦੇ ਨਾ 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 ਮੈਦਾਨ ਛੱਡ ਕੇ ਭੱਜ ਰਹੇ ਜੰਗ ਕਿੱਥੇ ਲੜਦੇ ਆਪਾਂ ਜੰਗ ਤਾਂ ਹੈ ਹੀ ਨਹੀਂ ਉਹ ਜਿਹੜੇ ਸੋਸ਼ਲ ਮੀਡੀਆ ਦੇ ਬੈਠੇ ਹੀਰੋ ਬਣ ਜਾਂਦੇ ਆ ਉਹ ਕੋਈ ਡੌਂਕੀ ਲਾ ਕੇ ਗਿਆ ਕਿਸ ਨੇ ਸਿਮਰਜੀਤ ਮਾਨ ਦੀ ਚਿੱਠੀ ਲਈ ਕਈਆਂ ਕੋ ਝੁੱਠੀਆਂ ਵੀ ਹੈਗੀਆਂ ਉਹ ਉੱਥੇ ਬੈਠੇ ਹੀਰੋ ਬਣਦੇ ਆ ਜਿੰਨੇ ਆਪਣੇ ਬੱਚੇ ਸੇਫ ਐ ਜਿਹੜੇ ਆਪ ਡਾਲਰ ਕਮਾ ਰਹੇ ਆ ਜੇ ਉਹਨੂੰ ਐਨੇ ਹੀ ਪੰਜਾਬ ਦਾ ਚਾਹੋ ਆਓ ਆਓ ਪੰਜਾਬ ਚ ਨਿਆਣੇ ਨੂੰ ਲੈ ਕੇ ਆਓ ਓ ਓ ਠੀਕ ਆ ਰੌਲਾ ਪਾ ਰਹੇ ਆ ਕਈਆਂ ਦੇ ਮਨ 'ਚ ਹੈਗੀ ਆ ਹਮਦਰਦੀ ਪੰਜਾਬ ਵਾਸਤੇ ਚਾਹੁੰਦੇ ਵੀ ਆ ਪਰ ਜਿਦਾਂ ਮੈਦਾਨ ਤੋਂ ਬਾਹਰ ਖੜ੍ਹਾਰੀ ਦੇ ਉਹ ਜਿਹੜੇ ਫੁੱਟਬਾਲ ਦਾ ਮੈਚ ਚੱਲਦਾ ਹੋਵੇ ਬਾਹਰ ਬੈਠ ਕੇ ਟਾਰਾ ਮਾਰਨ ਨਾਲ ਕੋਈ ਫਰਕ ਨਹੀਂ ਪੈਂਦਾ ਖਿਡਾਰੀ ਨੇ ਆਪਣੀ ਮਰਜ਼ੀ ਨਾਲ ਦੇਖਣਾ ਮੈਂ ਕਿਧਰ ਨੂੰ ਕੋਈ ਕ ਮਾਰਨੀ ਆ ਜਾਂ ਫਿਰ ਮੈਦਾਨ 'ਚ ਜਾ ਕੇ ਖਿਡਾਰੀ ਬਣੋ ਹੁਣ ਜੇ ਬਾਹਰ ਜਿਹੜੇ ਮੈਦਾਨ ਤੋਂ ਬਾਹਰ ਬੈਠੇ ਉਹਨੇ ਟਾਰਾ ਸੁਣੀ ਜਾਈਏ ਝੰਗਾੜਾ ਸੁਣੀ ਜਾਈਏ ਉਹਦੇ ਵਾਂਗ ਖਿਡਾਰੀ ਇਹਨੇ ਦਿੱਤਾ ਮਾਣੀ ਮਾਰਨੀ ਆ ਸੋ ਉਹਨਾਂ ਦੇ ਦਿਮਾਗ 'ਚ ਹੈਗੀ ਹੈ ਹਮਦਰਦੀ ਆ ਪੰਜਾਬ ਪ੍ਰਤੀ ਪਰ ਜ਼ਿਆਦਾਤਰ ਉਹਨਾਂ ਦੇ ਨਕਲ ਮਾਰ ਕੇ ਸਾਡੇ ਪੰਜਾਬੀ ਛੱਡ ਛੱਡ ਕੇ ਜਾ ਰਹੇ ਆ ਵੀ ਚਲੋ ਚੱਲਿਓ ਪੰਜਾਬ ਛੱਡੋ ਖਾਲੀ ਕਰੋ ਖਾਲੀ ਕਰੋ ਬੜੀ ਬੜੀਆਂ ਪਿੰਡਾਂ ਜਾ ਮਾਲਵੇਜ ਦੇਖ ਲੋ ਤੁਸੀਂ ਇੱਧਰ ਦੁਆਬੇ 'ਚ ਦੇਖ ਲੋ ਬੜੇ ਬੜੇ ਕਰੋੜਾਂ ਦੇ ਮਹਿਲਾ ਵਰਗੇ ਪਿੰਡਾਂ 'ਚ ਕੋਠੀਆਂ ਰਹਿ ਕੌਣ ਰਿਹਾ ਸਾਡੀ ਲੇਬਰ ਕਲਾਸ ਜਿਹੜੀ ਵਿਚਾਰੀ ਯੂਪੀ ਬਾਹਰ ਦੀ ਆ ਚੌਕੀਦਾਰ ਰੱਖਣਾ ਨਹੀਂ ਚੌਕੀਦਾਰ ਰੱਖਣ ਦੀ ਠੀਕ ਹੈ ਵੀ ਕਾਹਨੂੰ ਕਰਨਾ ਵਿਚਾਰਨ ਦੇ ਦਿਓ ਉਹਨੂੰ ਕਿਆ ਚਾਹੀਦਾ ਦੋ ਪਤੀਲੇ ਚਾਹੀਦੇ 51 ਚਾਹੀਦਾ ਅਗਲਾ ਰਹਿ ਰਿਹਾ ਕੋਠੀਆਂ 'ਚ ਪੰਜਾਬ ਖਾਲੀ ਕਰ ਰਹੇ ਮਤ ਕੱਲਾ ਸੋਸ਼ਲ ਮੀਡੀਆ ਰੌਲਾ ਪਾ ਕੇ ਮਜਾਮ ਨਹੀਂ ਵੇਚਣਾ ਬਹੁਤ ਦਾ ਸੋਸ਼ਲ ਮੀਡੀਆ ਦੇ ਬੈਠੇ ਆ ਜੀ ਜੀ ਸੋ ਠੀਕ ਹੈ ਭਾਈ ਸਤਨਾਮ ਸਿੰਘ ਬਹੁਤ ਧੰਨਵਾਦ ਤੁਮੇ ਐਡਾ ਬੜਾ ਜਿਹੜਾ ਹੈਗਾ ਉਹ ਖਾੜਾ ਲਾਇਆ ਵਾ ਕਹਿ ਸਕਾਂ ਪੰਜਾਬੀ ਵਿੱਚ ਤੇ ਐਡੇ ਐਡੇ ਬਦੇ ਠੱਗ ਹੈ ਆਈਐਸ ਜਾਂ ਤਿੱਤਰਾਂ ਬੈਠੇ ਆ ਤੇ ਆਈਐਸ ਤਾਂ ਕਹਾਵੀ ਦਾ ਸਾਹਮਣੇ ਅਸਬਾ ਚਲਾ ਰਿਆ ਅਸਲ ਮਨ ਇੱਕ ਹੋਰ ਵੀ ਲਗਾੜੇ ਮੰਤਰੀ-ਮੁਤਰੀ ਹੋਣ ਦਾ ਮਾਤੜ ਪਾਈ ਕੋਗੜੇ ਹੋਵਾ ਤੇ ਮੇਰੇ ਵਰਗੇ ਅਸਲ ਮਨ ਦਿਮਾਗ ਤਾਂ ਆਈਐਸ ਚਲਾਵਾ ਸਕੀਮਾਂ ਸਗੀਆਂ ਜਿਹੜੀ ਚਲਾ ਰਹੀਆਂ ਨਹੀਂ ਇਹ ਵਪਾਰੀ ਹੈ ਮੰਨ ਲਓ ਕੋਈ ਐਮਐਲਏ 10 ਕਰੋੜ ਦੀ ਸਰਾਪ ਲਾ 29 ਕਰੋੜ ਦਾ 50 ਕਰੋੜ ਕਿੱਦਾਂ ਬਣਾਣਾ ਇਹ ਤਾਂ ਆਈਐਸ ਅਫਸਰ ਦੱਸੋ ਨਾ ਇਹਦੇ ਪੀਸੀਐਸ ਅਫਸਰ ਦੱਸੋ ਨਾ ਆਪ ਜੇ ਆਈਐਸ ਅਫਸਰ ਕੋਲ ਇੰਨੀ ਤਾਕਤ ਦਾ ਕਲਮ ਦੀ ਜਿਹੜੇ ਸਭ ਤੋਂ ਇੰਟੈਲੀਜੈਂਟ ਲੋਗ ਆ ਪੜ੍ਹੇ ਲਿਖੇ ਲੋਗ ਆ ਜਿਓ ਆਪਣੇ ਆਈ ਤਾਂ ਕਿਸੇ ਮੰਤਰੀ ਦੇ ਕੰਮ ਜਾਲ ਹੈ ਵੀ ਉਹ ਕਰਪਸ਼ਨ ਕਰ ਜੇ ਉਹ ਸਗੋ ਚਾਹਦੇ ਵੀ ਆ ਬਾਈ ਮੈਨੂੰ ਪਤਾ ਤਾ ਇਨਵੈਸਟਮੈਂਟ ਕੀਤੀ 10 ਕਰੋੜ ਦੀ ਸਰਾਬ ਪਲਾਈਏ ਤੇ ਲੋਕਾਂ ਨੂੰ ਤੇ ਪੰਜਾਬੀ ਨਕਮੇ ਆ ਉਹ ਪਿੰਦੇ ਕੌਣ ਆ VOTER ਹੀ ਪਿੰਨੇ ਸਰਾਬ VOTER ਕੌਣ ਆ ਪੰਜਾਬੀ ਹੁਣ ਸਾਰੇ ਯੂਪੀ ਵਾਰ ਦੇ ਵੋਟਾ ਥੋੜੀ ਪਾਣੇ ਆ ਪੰਚਾਇਤੀ ਵੋਟਾਂ ਜਿਨੀ ਆਪਾਂ ਦੇਖਿਆ ਬੋਲਟ ਮੋਟਰਸਾਈਕਲ ਤੱਕ ਦੇ ਜਾਨੇ ਰਿਸ਼ਵਤ ਦੇ ਤੌਰ ਤੇ ਮਤਲਬ ਪੰਜਾਬੀ ਆਪ ਕਰਪਟਾ ਹੈ ਬਹੁਤੇ ਪੰਜਾਬੀ ਆਪ ਕਰਪਟਾ ਆਪਾਂ ਜੋ ਮਰਜੀ ਬਣ ਜਾਏ ਸਿੱਖਾਂ ਜੀ ਗੁਰੂਆਂ ਦੀ ਬੇਅਣਖੇ ਗੁਰੂਆਂ ਦੇ ਬਾਬੇ ਅਣਖੇ ਪੰਜਾਬੀ ਪੰਚਾਇਤੀ ਵੋਟਾਂ ਦੇਖ ਲੋ ਸੂਟ ਬੰਦੇ ਜਾਨੇ ਤੁਹਾਡੀ ਔਰਤਾਂ ਨੂੰ ਹਾਂ ਸੂਟ ਵਾਲਾ ਕੰਮ ਬਹੁਤ ਚੱਲਦਾ ਸੂਟ ਚੱਲਦੇ ਆਂ ਹੋਰ ਜਨਾਨੀਆਂ ਕਹਿੰਦੇ ਭਾਈ ਮੈਂ ਤੂੰ ਮੇਰੇ ਘਰੋਂ ਸ਼ਰਾਬ ਦੇ ਜਾਨਾ ਮੈਂ ਦੱਸ ਕੇ ਆਵਾ ਠੰਡੀ ਦੀ ਬੋਤਲਾਂ ਕੋਲ ਡਰਿੰਕ ਦੀ ਬੋਤਲਾਂ ਦੇਖਦੇ ਨੇ 100 ਰੁਪਏ ਵੋਟ ਵੇਚਦੀ ਥੋੜੀ ਯਾਰ ਗੱਲ ਸੁਣ ਮ ਜਿਹੜੀ ਆ ਡਿੱਪੂ ਵਾਲੀ ਕਣਕ ਐ بڑے بڑے ਜੱਟ ਲੈ ਰਹੇ ਆ ਪਿੰਡ ਮੈਂ ਇੱਕ ਵੇ ਜਾ ਕੇ ਦੇਖੀ ਜਿਹੜੀ ਦੀਦੀ ਚੱਲ ਜਿਹੜੀ ਕਿੱਲੇ ਉਹ ਜੱਟ ਡਿੱਪੂ ਵਾਲੀ ਕਣਕ ਮਤਲਬ ਇਹ ਹਵਾਈ ਗੱਲਾਂ ਕਿ ਪੰਜਾਬੀ ਐ ਨਹੀਂ ਕੋਈ ਆ ਫਲਾਣਾ ਇਹ ਇਹਨਾਂ ਦੀ ਮਾੜੇ ਹਾਲਾਂ ਆਪਣੇ ਪੰਜਾਬੀਆਂ ਦੇ ਮੰਗਤੇ ਬਣ ਗਏ ਮੰਗਤੇ ਬਣ ਗਿਆ ਜ਼ਮੀਰ ਤੁਹਾਡਾ ਹੈ ਨਹੀਂ ਵੋਟਾਂ ਤੁਸੀਂ ਵੇਚਦੇ ਜੇ ਤੁਸੀਂ ਇਮਾਨਦਾਰੀ ਨਾਲ ਵੋਟ ਪਾਈ ਹੋਵੇ ਤੁਹਾਡੀ ਵੋਟ ਵਿਕੀ ਨਾ ਹੋਵੇ ਜੁੱਤੀ ਲੈ ਕੇ ਪੁੱਛ ਸਕਦੇ ਤੁਸੀਂ ਆਕਰ ਸਕਦੇ ਨਹੀਂ ਐਮਐਲਏ ਦੇ ਉੱਪਰ ਅਗਲਾ ਕਹਿੰਦਾ ਤੈਨੂੰ ਪੈਸੇ ਦਿੰਦੇ ਹਾਂ ਤੇਰੇ ਘਰੇ ਮੇਰੀ ਸਲਾਹ ਪਹੁੰਚੀ ਐ ਪੇਟੀ ਪਹੁੰਚੀ ਐ ਤੇਰੇ ਘਰੇ ਮੁਰਗੇ ਪਹੁੰਚੇ ਮੇਰੇ ਬੱਕਰੇ ਪਹੁੰ ਐਨ ਆਰ ਆਈ ਜਹਾਜ਼ ਚੜ ਕੇ ਮੈਂ ਪੰਚਾਇਤੀ ਵੋਟਾਂ ਜਾਂਦੇ ਦੇਖੇ ਹੂੰ ਸਰਪੰਚ ਦਾ ਉਮੀਦਵਾਰ ਜਿਹੜਾ ਹੁੰਦਾ ਉਹ ਐਨ ਐਨ ਨੂੰ ਟਿਕਟਾ ਭੇਜਦਾ ਉਹ ਪੰਜਾਬ ਨੂੰ ਬਚਾਣਾ ਵਾ ਪੰਜਾਬ ਨੂੰ ਬਚਾਣਾ ਨੇ ਉਹ ਅਗਲੇ ਕੋ ਮੜਾਣੇ ਪੰਜਾਬ ਵੀ ਨਾਲ ਚੱਲ ਠੀਕ ਹੈ ਟਿਕਟ ਦਾ ਖਰਚਾ ਬਚਿਆ ਆ ਸਰਪੰਚ ਉਮੀਦਵਾਰ ਦੇ ਰਿਹਾ ਸਾਰੇ ਨਹੀਂ ਐ ਕੁਝ ਗਿਣਤੀ ਜੱਦਾ ਦਹੰਗੇ ਐ ਇਸ ਕਰਕੇ ਵੀ ਪੰਜਾਬ ਵਾਲੇ ਆਮ ਦਾ ਕਰਪਟਾ ਜਿਹੜੀ ਬਾਤਾਂ ਆਪਾਂ ਕਰ ਰਹੇ ਆ ਮੈਨੂੰ ਨਾ ਬਸ ਬਰਾਸਾਨੀ ਦੀ ਇੱਕੋ ਬਾਤ ਇੱਕੋ ਜਿਹੜੀ ਕਲੈਨ ਉਹਨੇ ਦਰਜ ਕਰਈ ਉਹ ਆਪਣੇ ਉੱਪਰ ਲਾਗੂ ਹੋਆ ਕਿਤੇ ਜਿਹੜੀ ਵੀ ਬਾਤਾਂ ਕਰੀ ਸਾਰੀਆਂ ਜੀ ਉਹ ਬਰਾਸਾਨੀ ਫਿਲਮਾਂ ਦੇ ਬਾਅਦ ਦੀ ਬਾਤ ਹੈ ਪ ਅਸੀਂ ਉਸੀ ਗੱਲਾਂ ਬਤਾਂ ਮੇਰੇ ਖਾਲਸੀ ਉਹ ਰੇਲ ਗੱਡੀ ਵਿੱਚ ਜਾ ਰਿਹਾ ਤਾਂ ਉੱਥੇ ਕੋਈ ਪੁਰਾਣਾ ਉਸ ਦਾ ਡਾਇਰੈਕਟਰ ਯਾਰ ਮਿਲ ਗਿਆ ਕੋਈ ਨਹੀਂ ਬਾਤਾਂ ਲਾ ਕੇ ਕਰ ਰੇਲ ਗੱਡੀ ਵਿੱਚ ਉਧਰ ਪਨ ਇਧਰ ਨੂੰ ਗੋਆਗਨੀ ਨੂੰ ਉਹਨੇ ਫਿਰ ਉਹ ਬਾਤ ਕਹੀ ਉਹਨੂੰ ਉਸੇ ਪਰ ਆਪਾਂ ਖਤਮ ਕਰਾਇਆ ਵੀ ਰੁਪਈਏ ਦਾ ਲਾਲਚ ਹੂੰ ਬੰਦੇ ਨੂੰ ਪੂਰੀ ਕੌਮ ਹੋ ਜਾ ਬੰਦਾ ਸਾਰ ਪਰ ਲਾਗੂ ਹੈ ਉਹ ਲਿਖਿਆ ਹੋਆ ਉਹਨੇ ਬਹੁਤ ਕਮਾਲ ਹੈ ਕਹਿੰਦਾ ਰੁਪਈਏ ਦਾ ਲਾਲਚ ਬੰਦੇ ਨੂੰ ਡਰਪੋਕ ਕਮਜ਼ੋਰ ਤੇ ਕਮੀਨਾ ਬਣਾ ਦਿੰਦਾ ਹੈ ਇਹੀ ਮਾਰਾ ਸੱਚ ਹੈ। ਇਹ ਆਪ ਪੰਜਾਬੀ ਨੇ ਇਹੀ ਸੱਚ ਹੈ। ਅੱਜ ਪੰਜਾਬ ਦਾ ਸਭ ਤੋਂ ਵੱਡਾ ਮਾਰਾ ਸੱਚ ਹੈ। ਬਿਲਕੁਲ ਆਹੀ ਸੱਚ ਹੈ ਆਪਣਾ। ਬਸ ਬਹੁਤ ਹੈ ਬਈ। ਅਨ ਧੰਨਵਾਦ।